Ecco, capire la segnale di strettoia, è del meaning less locale. Strettoia de do, matlab è da vessel of the minor rucavert. Tu si è alico de strettoia rucaverti leslo tu si. Strettoia rucavert. Strettoia mi rucavert. Accedi. ਅੱਗੇ ਤੁਸੀਂ ਲਿਖ ਲਓ ਰੈਸਟ ਰੈਜੀਮੈਂਟ ਤੋਂ ਮਤਲਬ ਹੁੰਦਾ ਤੰਗੀ ਅੱਗੇ ਹੈ ਮੀਨਿੰਗ ਪ੍ਰੋਬੇਬਲੀ ਪ੍ਰੋਬੇਬਲੀ ਹੁੰਦਾ ਮੁਮਕਨ ਜਾਂ ਮੁਮਕਨ ਇੱਕ ਛੋਟਾ ਜਿਹਾ ਵਰਡ ਹੈ ਲਾਤੀ ਇਹਦੇ ਨਾਲ ਲਾਤੇ ਆ ਜਾਏ ਤੇ ਫਿਰ ਮਤਲਬ ਲਾਤੀ ਹੈ ਮਤਲਬ ਜ਼ਿਆਦਾ ਸਾਈਡਾਂ ਜਿਹੜੀਆਂ ਹੁੰਦੀਆਂ ਇੱਕ ਤੋਂ ਜ਼ਿਆਦਾ ਸਾਈਡ ਠੀਕ ਹੈ ਲਾਤੂ ਹੋਵੇ ਦਾ ਤੇ ਇੱਕ ਸਾਈਡ ਹੋਵੇ ਦੀ ਲਾਤੀ ਅੱਛਾ ਇਹ ਅੱਗੇ ਲਫ਼ਜ਼ ਦੇ ਲਾਰਗੇ ਸਮੀਨ ਹੁੰਦਾ ਚੁੜਾਈ ਲੜਗੇ ਸਮੀਨ ਚੁੜਾਈ ਅੱਛਾ ਜੀ ਪੜ੍ਹ ਦਿੰਦੇ ਹਾਂ ਇੱਕ ਵਾਰੀ ਪਹਿਲੇ ਦੀਆਂ ਤਸਵੀਰਾਂ ਵੇਖ ਲੈਂਦੇ ਹਾਂ ਪਤਾ ਲੱਗ ਜਾਏਗਾ ਕੁਛ अच्छा अच्छा जी बिस्मिल्लाह स्त्रीतोया थोड़ियां तीन किस्म दियां आउंदियां ठीक है पहली चाहे वेख लो पहली होवे दी थोड़ी दोनों साइडां तो ठीक है वेख लो दोनों साइडां तो तंगी है ठीक है उस तो अगे थोड़ी आवे दी साइड एक साइड तो ठीक है सिनेस्त्र वाली साइड तो एक आवेदा सिने वाले उस तो बाद एक साडा सिर्फ दस्त्र वाली साइड तो आवेदा सड़क जा रही है या वो दोनों साइडा तो तंगी होवे दी ठीक है थोड़ी जी अगे जाके फिर सड़क उतनी ही चौड़ी हो जाएगी या फिर एक साइड तो तंगी आ जाएगी ठीक है एक साइड तो बरकरार होवे दी एक साइड तो तंगी आ जाए ठीक है मजीद और तस्वीरों में लेंगे ए थोड़ी तंगी होवे रेस्ट्रेजिमेंटो ठीक है ऐ तुसी जा रहे हो वैसे इतनी एथो आई तो सड़क इतनी सारी जड़ी है चौड़ी है ठीक है एथे आके विच तंग हो गई है ठीक है ऐसे नियाले वे के सन पता लग जाएगा कि अगे जेड़ा रेस्ट्रेजिमेंटो है थोड़ी तंगी है ते लिहाजा सी गड्डी अपनी नस्ता करना वे अगले बंदे जेड़ा उदो गड्डी आ रही है उन असी ओवरटेक करन देना वे मतलब ओवरटेक करन देना वे नहीं मतलब वो आ रही है उन परिचय दंसा देना वे पहले गुजरने दा जो भी होना वे ना सिनियाले वो विच असी पढ़ लेंदे आ की करना वे पुल वगैरा तो लगे हुआ हो सकता वे कोई पुल वगैरा हो चुड़ाई जी घट होंगी थोड़ी नॉर्मल सड़क के नाल उत्थे लगे हुआ हो सकता वे उत्थे जी सामने गड्डी आ रही हो सड़क मतलब तंग हो ज्यादा हो गड्डी गुजर सकती हो तो फिर सामने वाली गड्डी तुसी परिचय दंसा देना होंगे वे उस तो बाद वेख सकते हो ऐसी नाले ਨਵੀਂ ਪੁਲ ਤੇ ਲੱਗਿਆ ਵੇ ਇਹਦੇ ਵਿੱਚ ਕਹਿੰਦਾ ਪ੍ਰੇ ਅਨੁਚਾ ਹੋਣਾ ਸਥਿਰਤ ਹੋਈ ਆ ਕਹਿੰਦਾ ਅਗਾਹ ਕਰ ਰਿਹਾ ਵੇ ਕਿ ਇੱਕ ਤੰਗੀ ਹੈ ਕੌਣ ਪ੍ਰੋਬੇਬਲ ਹੈ ਜਿੱਥੇ ਮੁਮਕਿਨ ਹੈ ਡਿਫੀਕਲਟ ਹੈ ਮੁਸ਼ਕਲ ਹੋ ਸਕਦੀ ਤੇ ਇਨਗਰੋਥ ਤੋਂ ਕ੍ਰਾਸ ਕਰਨਾ ਕੋਈ ਆਈ ਵਹੀਕਲ ਗੱਡੀ ਨੂੰ ਪ੍ਰੋਵੀਨੀਅੰਟ ਮਤਲਬ ਜਿਹੜੀ ਆ ਰਹੀ ਹੋਵੇ
ਦੈਲਸਾਂਸ ਅਪੋਜ਼ ਤੋਂ ਜਿਹੜੀ ਮੁਖਾ ਸਾਈਡ ਤੋਂ ਮਤਲਬ ਸਾਹਮਣੇ ਆ ਰਹੀ ਹੋਵੇ ਉਹ ਮੁਸ਼ਕਲ ਹੋ ਸਕਦਾ ਵੇ ਕ੍ਰਾਸ ਕਰਨਾ, ਬਿਲਕੁਲ ਹੋ ਸਕਦਾ ਵੇ ਅਸੀਂ ਧਿਆਨ ਨਾਲ ਇੱਥੇ ਕ੍ਰਾਸ ਕਰਨਾ ਵੇ। ਉਸ ਤੋਂ ਬਾਅਦ ਕਿਤੇ ਕੁਝ ਜਗ੍ਹਾ ਤੇ ਲਵੋਰ ਹੀ ਹੁੰਦਾ ਵੇ, ਠੀਕ ਹੈ, ਸੜਕ ਦੇ ਸਾਈਡ ਤੋਂ ਟੁੱਟੀ ਭੱਜੀ ਹੁੰਦੀ ਹੈ, ਉਹਨੂੰ ਰਿਕਵਰ ਕਰਨ ਵਾਸਤੇ ਸਾਈਡ ਤੇ ਮਤਲਬ ਐਸੀ ਨਿਆਲੇ ਲਾ ਛੱਡਦੇ ਨੇ, ਐ ਵੇਖੋ ਰੈਡ ਲਾਈਨ ਜਿਹੜੇ ਲੱਗੇ ਹੁੰਦੇ, ਠੀਕ ਹੈ, ਇਹ ਲੱਗੇ ਹੁੰਦੇ ਜਾਂ ਕਾਵਾ ਲੇਤੀ ਵਗੈਰਾ ਲਾ ਕੇ ਸੜਕ ਨੂੰ ਥੋੜ੍ਹਾ ਤੰਗ ਕਰ ਲੈਂਦੇ, ਸਾਈਡ ਤੇ ਕੰਮ ਆਪਣਾ ਸ਼ੁਰੂ ਕਰ ਲੈਂਦੇ, ਠੀਕ ਹੈ। ਅਗਰ ਲਵੋਰੀਨ ਕੋਰਸ ਹੋਵੇ ਤੇ ਜਲ ਹੋਵੇ ਦਾ ਸਿਗਨਲ ਜਿਹੜਾ ਵੇ ਨਾ ਇਸਦਾ ਫੋਨ ਤੋਂ ਜਲ ਹੋਵੇ ਦਾ ਬੈਕਗ੍ਰਾਉਂਡ। ਅੱਛਾ ਜੀ, ਅੱਗੇ ਕਿਹਦੇ ਨਾਲ ਸਿਗਨਲ ਲੱਗਿਆ ਹੋ ਸਕਦਾ ਵੇ, ਠੀਕ ਹੈ, ਬਲੂ ਕਲਰ ਦਾ, ਇਹਦਾ ਮੈਂ ਅੱਗੇ ਤਸਵੀਰ ਵਿੱਚ ਸਹੀ ਸਮਝਾਉਂਦਾ ਮੈਂ ਤੁਹਾਨੂੰ, ਇਹ ਵੇਖ ਲਓ। ਅੱਛਾ ਜੀ, ਸਿਗਨਲ ਵੈਸੇ ਅਸੀਂ ਅੱਗੇ ਜਾ ਕੇ ਪੜ੍ਹਾਂਗੇ, ਇਹ ਵੇਖ ਲਓ, ਇਹ ਨਹੀਂ, ਤੁਸੀਂ ਆਪਣੀ ਸਾਈਡ ਵਾਲਾ ਪਹਿਲਾਂ ਵੇਖ ਲਓ, ਇਹ ਬਲੂ, ਇਹ ਬਲੂ ਸਿਗਨਲ ਸਾਡੇ ਨਾਲ ਲੱਗਿਆ ਹੋਵੇ, ਠੀਕ ਹੈ, ਸਾਡੇ ਵਾਲੀ ਸਾਈਡ ਤੋਂ ਅਸੀਂ ਇੱਧਰ ਜਾ ਰਹੇ ਹਾਂ, ਠੀਕ ਹੈ, ਇਹਦਾ ਮਤਲਬ ਇਹਦੀ ਜਿਹੜੀ ਵਿੱਚ ਇਹਦੇ ਵਾਈਟ ਲਾਈਨ ਹੈ ਨਾ, ਤੀਰ ਬਣਿਆ ਹੋਵੇ ਵਾਈਟ, ਇਹਦਾ ਮਤਲਬ ਹੈ ਕਿ ਅਸੀਂ ਗੁਜ਼ਰਨਾ ਵੇ, ਅਗਲੇ ਦਾ ਰੈਡ ਜਿਹੜਾ ਉਦੋਂ ਆ ਰਿਹਾ ਵੇ ਉਹਨੇ ਰੁਕਣਾ ਵੇ, ਠੀਕ ਹੈ, ਬਲੂ ਦਾ ਮਤਲਬ ਹੋਇਆ ਇੰਡੀਕਾ ਅਸੀਂ ਉਹਨੇ ਦਾ ਸਿਗਨਲ ਵੇ ਜਿਹੜਾ ਉਸ ਸਾਈਡ ਤੇ, ਉਸ ਸਾਈਡ ਤੇ ਜਿਹੜਾ ਵੇ ਐਪ ਗੋਲ ਸਿਗਨਲ ਲੱਗਿਆ ਹੋਵੇ ਦਾ ਵੇਖ ਸਕਦੇ ਹੋ, ਇਹ ਸਿਗਨਲ ਉਸ ਸਾਈਡ ਨੂੰ ਅਟੈਚ ਕੀਤਾ ਗਿਆ, ਠੀਕ ਹੈ, ਇਹਦਾ ਕੀ ਮਤਲਬ ਹੋਵੇ ਦਾ, ਇਹ ਉਸ ਸਾਈਡੋਂ ਆ ਰਿਹਾ ਵੇ ਤੇ ਉਸ ਸਾਈਡ ਤੇ ਉਹਦਾ ਰੱਤਾ ਹੋਵੇ ਦਾ, ਇਹਦੇ ਵੀ ਉਹਦਾ ਰੱਤਾ ਹੋਵੇ ਦਾ, ਉਹਦੇ ਵੀ ਉਹਦਾ ਰੱਤਾ ਹੋਵੇ ਦਾ ਜਿਹੜਾ ਤੀਰ ਹੋਵੇ ਦਾ ਲੱਗਿਆ, ਠੀਕ ਹੈ, ਰੇਚਾ, ਤੇ ਜਿਹੜਾ ਇਦੋਂ ਜਾਣ ਵਾਲਾ ਹੋਵੇ ਦਾ ਸਾਡਾ ਜਿਹੜਾ ਹੋਵੇ ਦਾ, ਜਿਹੜਾ ਸਾਡਾ ਇੰਦਿਕਾ ਸੀ ਉਹਨੇ ਕਰ ਰਿਹਾ ਹੋਵੇ ਦਾ, ਉਸ ਬੰਦੇ ਨੂੰ ਉਹ ਬਲੈਕ ਹੋਵੇ ਦਾ, ਉਹਦਾ ਮਤਲਬ ਹੋਵੇ ਦਾ ਕਿ ਉਹਨੇ ਉਹ ਸਮਝ ਆਇਆ ਕਿ ਮਤਲਬ ਰੈਡ ਮੇਰੇ ਵੱਲੋਂ, ਮੈਂ ਰੁਕਣਾ ਵੇ, ਮੈਂ ਪ੍ਰਿਚਿਤੰਸ ਦੇਣਾ ਵੇ, ਉਹਦਾ ਜਿਹੜਾ ਉਹ ਸਾਡੇ ਵੱਲੋਂ ਤੀਰ ਉਹਦੇ ਵੱਲ ਹੋਣਾ ਵੇ, ਉਹ ਬਲੈਕ ਹੋਣਾ ਵੇ, ਤੇ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਰੁਕਣਾ ਵੇ, ਦਰੀਏ ਤੋਂ ਵੇ ਮੈਨੂੰ ਉਹਨਾਂ ਬੰਦਿਆਂ ਪਹਿਲੇ ਗੁਜ਼ਰਨਾ ਵੇ, ਅਗਰ ਦੋ ਇਕੱਠੀਆਂ ਏਰੀਆ ਵਕਤ ਆ ਜਾਂ ਪੁੱਲ ਉੱਤੇ ਤੇ, ਅੱਧੇ ਸਾਡੇ ਵੱਲ ਬਲੂ ਹੋਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਵਾਈਟ ਤੀਰ ਵੇ ਕਿ ਅਸੀਂ ਪਹਿਲੇ ਗੁਜ਼ਰਨਾ ਵੇ, ਉਹ ਰੁਕ ਜਾਂਦਾ, ਤੇ ਇਸ ਦੀ ਵਜ੍ਹਾ ਤੁਸੀਂ ਬਿਲਾ ਝਿਜਕ ਜਿਹੜਾ ਵੇ ਉਹ ਗੁਜ਼ਰ ਸਕਦੇ। ਸਾਡੇ ਸਾਈਡ ਤੇ ਬਲੂ ਲੱਗਾ ਹੋ ਸਕਦਾ ਵੇ ਜਾਂ ਰੱਤਾ ਲੱਗਾ ਹੋ ਸਕਦਾ ਵੇ, ਠੀਕ ਹੈ, ਅਗਰ ਰੱਤਾ ਲੱਗਾ ਹੋਵੇ ਤਾਂ ਅਸੀਂ ਖਲੋਵਾਂਗੇ, ਠੀਕ ਹੈ, ਅਗਰ ਬਲੂ ਲੱਗਾ ਹੋਵੇ ਤਾਂ ਉਹ ਖਲੋਵੇ ਦਾ ਅਸੀਂ ਟੋਟੇ, ਠੀਕ ਹੈ, ਇਹ ਯਾਦ ਰੱਖਣਾ। ਜਿਹਦੇ ਸਾਈਡ ਤੇ ਰੱਤਾ ਨਿਸ਼ਾਨ ਹੋਵੇ ਤਾਂ ਨਾ ਰੈਡ ਓਬਲੀਗਾਟੋਰੀ ਹੋਵੇ, ਉਸ ਬੰਦੇ ਨੇ ਰੁਕਣਾ ਹੁੰਦਾ, ਉਸ ਬੰਦੇ ਨੇ ਦੂਜੇ ਨੂੰ ਪ੍ਰੇਸ਼ਰ ਦੇਣਾ। ਅੱਗੇ ਬਾਕੀ ਬਾਅਦ ਵਿੱਚ ਪੜ੍ਹਦੇ ਹਾਂ। ਅੱਛਾ ਜੀ, ਸਿਗਨਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ, ਪ੍ਰੇਅ ਨੂੰ ਅਗਾਹ ਕਰਦਾ ਹੈ ਉਨ ਰਸਤੇ ਰੇਜੀਮੈਂਟ ਤੋਂ, ਕਹਿੰਦਾ ਇੱਕ ਤੰਗੀ ਹੈ, ਬਿਲਕੁਲ ਇੱਕ ਤੰਗੀ ਹੈ, ਦਲਾਕਾਰੇ ਜਾਤਾ ਸੜਕ ਦੇ ਉੱਤੇ, ਕਹਿੰਦਾ ਇਹ ਜਿਹੜਾ ਸਿਗਨਲ ਵੇ ਸਾਨੂੰ ਦੱਸ ਰਿਹਾ ਵੇ ਕਿ ਸੜਕ ਦੇ ਉੱਤੇ ਤੰਗੀ ਹੈ, ਬਿਲਕੁਲ ਸਾਡਾ ਸਿਗਨਲ ਹੀ ਰਸਤੇ ਰੇਜੀਮੈਂਟ ਵਾਲਾ ਵੇ, ਲਿਆਦਾ ਤੰਗੀ ਹੀ ਹੋਵੇ ਜੀ। ਉਸ ਤੋਂ ਬਾਅਦ ਅੱਗੇ ਕਹਿੰਦਾ ਇਹ ਸਿਗਨਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ, ਪ੍ਰੇਅ ਨੂੰ ਅਗਾਹ ਕਰਦਾ ਵੇ ਡਿਫੀਕਲਟਾ ਹੁੰਦਾ, ਮੁਸ਼ਕਲ ਸ਼ਾਇਦ ਅਸੀਂ ਮੀਨਿੰਗ ਇਹਦਾ ਪਹਿਲੇ ਲਿਖਿਆ, ਡਿਫੀਕਲਟਾ ਮੁਸ਼ਕਲ, ਠੀਕ ਹੈ, ਮੁਸ਼ਕਲ ਹੋ ਸਕਦੀ ਹੈ ਇਨਕਰੋਚੋ ਕ੍ਰਾਸ ਕਰਨਾ, ਕੌਣ ਆਈ ਵਹੀਕੋਲੀ ਉਸ ਗੱਡੀ ਦੇ ਨਾਲ ਦੇ ਪ੍ਰੋਵੀਨੀਅੰਤੀ ਜਿਹੜੀ ਆ ਰਹੀ ਹੋਵੇ ਦੈਲ ਸੈਂਸ ਅਪੋਜ਼, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਉਦੋਂ ਗੱਡੀ ਆ ਰਹੀ ਹੋਵੇ ਦੀ ਸੜਕ ਤੰਗ ਹੋਵੇ ਦੀ ਤੇ ਸਾਨੂੰ ਮੁਸ਼ਕਲ ਹੋ ਸਕਦਾ ਹੈ ਕ੍ਰਾਸ ਕਰਨਾ, ਠੀਕ ਹੈ, ਰਸਤੇ ਰੇਜੀਮੈਂਟ ਤੋਂ ਵੇਖ ਲਓ ਦੇ, ਠੀਕ ਹੈ, ਤੇ ਡਿਫੀਕਲਟਾ ਹੋ ਸਕਦਾ ਹੈ ਕ੍ਰਾਸ ਕਰਨਾ। ਅੱਗੇ ਕਹਿੰਦੇ ਸਿਗਨਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ, ਪ੍ਰੇਅ ਨੂੰ ਅਗਾਹ ਕਰਦਾ ਵੇ ਹੁਣ ਰਸਤੇ ਰੇਜੀਮੈਂਟ ਤੋਂ ਇੱਕ ਤੰਗੀ ਹੈ, ਸੂਈ ਦੂਵੇ ਲਾਤੀ, ਦੂਵੇ ਵੀ ਆ ਗਿਆ ਵੇ, ਲਾਤੀ ਵੀ ਆ ਗਿਆ ਵੇ, ਠੀਕ ਹੈ, ਅਗਰ ਦੂਵੇ ਮਤਲਬ ਦੋਵਾਂ ਸਾਈਡਾਂ ਤੋਂ ਤੰਗੀ ਹੈ, ਵੇਖ ਸਕਦੇ ਹੋ ਸਿਗਨਲ ਇੱਕ ਵਾਰੀ ਫਿਰ, ਇਸ ਸਾਈਡ ਤੋਂ ਵੀ ਤੰਗੀ, ਇਸ ਸਾਈਡ ਤੋਂ ਵੀ ਤੰਗੀ, ਅਗਰ ਇੱਕ ਸਾਈਡ ਤੋਂ ਹੋਵੇ ਦੀ ਜਾਂ ਸਿਨੇਸਤਰ ਹੋਵੇ ਦੀ ਜਾਂ ਫਿਰ ਸਾਡੀ ਦਸਤਰਾ ਹੋਵੇ ਦੀ, ਕਹਿੰਦਾ ਦੁਵੇ ਲਾਤੀ ਦਲਾ ਕਰੇ ਜਾਤਾ, ਕਰੇ ਜਾਤਾ ਦੋਵਾਂ ਸਾਈਡਾਂ ਤੋਂ ਤੰਗੀ ਹੈ, ਠੀਕ ਹੈ, ਇੱਕ ਸਾਈਡ ਤੋਂ ਨਹੀਂ ਹੈ। ਅਗਲੇ ਸਵਾਲ ਵਿੱਚ ਕਹਿੰਦਾ ਇਹ ਸਿਗਨਲ ਹੈ ਪੈਰੀਕੋਲੋ, ਪੈਰੀਕੋਲੋ ਦਾ ਨਿਸ਼ਾਨ ਹੈ, ਦੁਵੇ ਲਾਤੀ ਵੇਖ ਕੇ ਵੇਰੋ ਕਰੋ ਇਸ ਸਿਗਨਲ ਨਾਲ, ਇਹ ਸਿਗਨਲ ਇਨ ਫਿਗੂਰਾ ਪੈਰੀਕੋਲੋ, ਸਾਡਾ ਚੈਪਟਰ ਹੀ ਪੈਰੀਕੋਲੋ ਦਾ ਸ਼ੁਰੂ ਹੈ ਤੇ ਲਿਆਦਾ ਇਹਦਾ, ਅਸੀਂ ਪੂਰੇ ਚੈਪਟਰ 'ਚ ਜਿਹੜੇ ਵੇਰੋ ਕਰਾਂਗੇ। ਅੱਗੇ ਕਹਿੰਦੇ ਸਿਗਨਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ, ਸੇ ਫੋਨ ਤੋਂ ਜਲ, ਅਗਰ ਇਹਦਾ ਬੈਕਗਰਾਉਂਡ ਜਲ ਹੋਵੇ, ਫੋਨ ਦਾ ਮਤਲਬ ਹੁੰਦਾ ਬੈਕਗਰਾਉਂਡ ਜਲ ਯੈਲੋ ਕਲਰ ਦਾ ਹੋਵੇ, ਐਪੋਸ ਤੋਂ ਲੱਗਿਆ ਹੁੰਦਾ ਵੇ ਇਨ ਪ੍ਰੈਜੈਂਸ ਮੌਜੂਦਗੀ ਵਿੱਚ ਦੀ ਕੋਈ ਕਾਂਤੀਅਰ ਇਸ ਤਰ੍ਹਾਂ ਦਾ ਲਈ, ਕਾਂਤੀਅਰ ਇਸ ਤਰ੍ਹਾਂ ਦਾ ਲਈ, ਕਾਂਤੀਅਰ ਇਸ ਤਰ੍ਹਾਂ ਦਾ ਲਈ ਦਾ ਮਤਲਬ ਕਾਂਤੀਅਰ ਮਤਲਬ ਕੋਈ ਕੰਮ ਹੋ ਰਿਹਾ ਵੇ ਉੱਥੇ, ਤਾਮੀਰਾਤ ਹੋ ਰਹੀਆਂ, ਕੋਈ ਮਤਲਬ ਕੰਮ ਚੱਲ ਰਿਹਾ ਸੜਕ ਤੇ, ਤਰਾ ਦਸ ਤਰ੍ਹਾਂ ਦਾ ਲੈ ਸੜਕ ਦੇ ਉੱਤੇ, ਕੇ ਰਿਦੂਚੇ ਜਿਹੜੇ ਘੱਟ ਕਰ ਸਕਦੇ ਨੇ, ਲਾ ਲਾਰਗੇ ਸਾ ਚੁੜਾਈ ਨੂੰ ਦਿਲ ਕਰ ਜਾਂਦਾ, ਬਿਲਕੁਲ ਮੈਂ ਤੁਹਾਨੂੰ ਪਹਿਲਾਂ ਤਸਵੀਰ ਵਿੱਚ ਦੱਸਿਆ ਜਾਵੇ ਕਿ ਅਗਰ ਕੰਮ ਹੋ ਰਿਹਾ ਸੜਕ ਕਰ ਸਕਦੇ ਨੇ, ਵੇਖ ਸਕਦੇ ਹੋ ਫੋਨ ਤੋਂ ਜਲ ਹੋਇਆ,
ਦੋਨਾਂ ਸਾਈਡਾਂ ਤੋਂ ਨਾ ਜਿਹੜਾ ਦੀਵਾਰਾਂ ਬਣਾਤੀਆਂ ਨੇ ਸੜਕ ਸਾਡੀ ਤੰਗ ਹੋ ਗਈ ਪਿੱਛੇ ਵੇਖ ਸਕਦੇ ਹੋ ਕਿਤਨੀ ਚੌੜੀ ਸੜਕ ਬਿਲਕੁਲ ਇੰਝ ਵੀ ਹੋ ਸਕਦਾ ਅਗਰ ਲਾਹੌਰੀ ਹੋ ਰਿਹਾ ਹੋਵੇ ਤਾਂ ਵੀ ਸਾਡੀਆਂ ਸੜਕਾਂ ਤੰਗ ਹੋ ਸਕਦੀਆਂ ਪੰਦੋ ਜਾਲੋ ਦੇ ਕਾਂਤੀਏ ਰਿਸਤਰਾ ਦੇਣ ਲਈ ਨਾਲ ਲੱਗਿਆ ਹੋਇਆ ਅੱਗੇ ਕਹਿੰਦਾ ਇਸ ਨਿਆਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਕੰਪੋਰ ਤਾਂ ਸ਼ਾਮਿਲ ਹੁੰਦਾ ਹੈ ਇਹਦੇ ਵਿੱਚ ਦੀ ਮੋਦਰਾਰੇ ਦਾ ਵੇਲੋ ਚੀਤਾ ਮੋਦਰਾਰੇ ਸਾਡਾ ਸੈਂਪਰੇ ਵੇਰੋ ਹੈ ਯਾਦ ਰੱਖਣਾ ਵੇ ਠੀਕ ਹੈ ਕਹਿੰਦਾ ਇਹਦੇ ਵਿੱਚ ਸ਼ਾਮਿਲ ਹੈ ਕਿ ਤੁਸੀਂ ਸਪੀਡ ਨੂੰ ਵੀ ਆਸਤਾ ਕਰਨਾ ਜ਼ਾਹਰੀ ਗੱਲ ਹੈ ਅਗਰ ਤੰਗੀ ਅੱਗੇ ਕੋਈ ਰੁਕਾਵਟ ਵਗੈਰਾ ਤੁਸੀਂ ਆਪਣੀ ਸਪੀਡ ਨੂੰ ਆਸਤਾ ਕਰੋ ਤਾਂ ਮੁਸਲਸਲ ਸਪੀਡ ਤੇ ਤੁਸੀਂ ਨਹੀਂ ਚੱਲ ਸਕਦੇ ਅੱਗੇ ਕਹਿੰਦਾ ਇਸ ਨਿਆਲ ਰਫ਼ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਜਾਗਾ ਕਰਦਾ ਵੇ ਉਨ ਸੈਂਸ ਉਨੀਕੋ ਇੱਕ ਸਾਈਡ ਤੋਂ ਠੀਕ ਹੈ ਇਹਦਾ ਉਨੀਕੋ ਦਾ ਮਤਲਬ ਹੁੰਦਾ ਇੱਕ ਜਾਂ ਸਿਰਫ ਵੀ ਹੋ ਸਕਦਾ ਵੀ ਇਸਤੇਮਾਲ ਕੋਈ ਜਗ੍ਹਾ ਤੇ ਨਿਕਾ ਮਿੰਤੇ ਹੋ ਅਲਟਰਨਾਟੋ ਅਲਟਰਨਾਟੋ ਲਿਖ ਲਓ ਇਹਦੇ ਅਲਟਰਨਾਟੋ ਦਾ ਮੁਤਬਾਦਲ ਅਲਟਰਨਾਟੋ ਮੁਤਬਾਦਲਾ ਤਬਾਦਲਾ ਹੋਣਾ ਜਾਂ ਕੁਝ ਵੀ ਜੋ ਇਹਦੀ ਲੱਗਦਾ ਹੈ ਮੁਤਬਾਦਲ ਵੈਸੇ ਦਾ ਮਾਇਨਿੰਗ ਕਹਿੰਦਾ ਇਸ ਸਿਨਿਆਲੇ ਦੀ ਮੌਜੂਦਗੀ ਵਿੱਚ ਇਹ ਜਿਹੜਾ ਨਿਸ਼ਾਨ ਦਿਖਾਇਆ ਜਾ ਰਿਹਾ ਵਾ ਇਹ ਅਗਾਹ ਕਰਾਇਆ ਤੁਹਾਨੂੰ ਅਗਾਹ ਕਰਦਾ ਵੇ ਕਿਸ ਤੋਂ ਅਲਟਰਨਾ ਤੋਂ ਦੂਸਰੇ ਜਿਹੜੀ ਮੁਤਬਾਦਲ ਸਾਈਡ ਹੈ ਕੌਣ ਓਬਲੀਗੋ ਦੀ ਦਾਰੇ ਲਾ ਪ੍ਰੇਚ ਦੇ ਸਕਦਾ ਕਹਿੰਦਾ ਤੁਹਾਡੇ ਤੇ ਓਬਲੀਗੋ ਹੈ ਓਬਲੀਗੋ ਅਗਰ ਨਹੀਂ ਲਿਖਿਆ ਤੇ ਲਿਖ ਲਓ ਓਬਲੀਗੋ ਦਾ ਮਤਲਬ ਹੁੰਦਾ ਕੋਈ ਚੀਜ਼ ਫਰਜ਼ ਹੋ ਜਾਣਾ ਤੁਹਾਡੇ ਤੇ ਠੀਕ ਹੈ ਓਬਲੀਗੋ ਫਰਜ਼ ਕਹਿੰਦਾ ਤੁਹਾਡੇ ਤੇ ਓਬਲੀਗੋ ਹੈ ਦੀ ਦਾਰੇ ਲਾ ਪ੍ਰੇਚ ਦੇ ਸਕਦਾ ਤੁਸੀਂ ਅੱਕ ਦੇ ਗੁਜ਼ਰਨੇ ਦਾ ਆਈ ਵੇ ਕੋ ਨਹੀਂ ਗੱਡੀਆਂ ਨੂੰ ਪ੍ਰੋਵੇਨੀਅੰਟੀ ਜਿਹੜੀਆਂ ਆ ਰਹੀਆਂ ਦਲ ਆਲਟਰੋ ਸੈਂਸੋ ਠੀਕ ਹੈ ਕਹਿੰਦਾ ਇਸ ਸਿਨਿਆਲੇ ਦੀ ਮੌਜੂਦਗੀ ਵਿੱਚ ਤੁਸੀਂ ਅਗਲੇ ਅਪਰੇਚੇ ਦੈਂਸਾ ਦੇ ਜਿਹੜੇ ਉਹ ਸਾਈਡ ਤੋਂ ਆ ਰਹੇ ਹਨ ਇਸ ਸਿਨਿਆਲੇ ਅਗਰ ਇਹ ਸਿਰਫ ਸਿਨਿਆਲੇ ਲੱਗਿਆ ਹੋਵੇ ਤੇ ਅਸੀਂ ਅਪਰੇਚੇ ਦੈਂਸਾ ਨਹੀਂ ਦੇਣਾ ਅਗਰ ਇਹਦੇ ਨਾਲ ਕੋਈ ਬਲੂ ਜਾਂ ਰੈੱਡ ਲੱਗਿਆ ਹੋਵੇ ਤਾਂ ਫਿਰ ਇਹਦਾ ਕਾਨੂੰਨ ਚੇਂਜ ਹੋਵੇ ਤਾਂ ਫਿਰ ਅਸਾਂ ਅਪਰੇਚੇ ਦੈਂਸਾ ਦੇਣਾ ਵੇ ਜਾਂ ਉਹਨੇ ਦੇਣਾ ਵੇ ਇਹ ਉਹਦੇ ਤੇ ਡਿਪੈਂਡ ਕਰੇਗਾ ਅਗਰ ਬਲੂ ਲੱਗਿਆ ਹੋਵੇ ਤੇ ਉਹ ਅਪਰੇਚੇ ਦੈਂਸਾ ਸਾਨੂੰ ਦੇਵੇ ਤਾਂ ਅਗਰ ਰੈੱਡ ਲੱਗਿਆ ਹੋਵੇ ਤੇ ਅਸੀਂ ਅਪਰੇਚੇ ਦੈਂਸਾ ਉਹਨੂੰ ਦੇਵਾਂਗੇ ਯਾਦ ਰੱਖਣਾ ਵੇ ਇਹ ਜਿਹੜਾ ਸਿਨਿਆਲੇ ਵੇ ਇਹ ਲੱਗਿਆ ਹੋਵੇ ਤਾਂ ਅਸੀਂ ਅਪਰੇਚੇ ਦੈਂਸਾ ਦੇਣਾ ਵੇ ਉਹਨੂੰ ਗੁਜ਼ਰਨੇ ਦਾ ਅਗਰ ਇਹ ਬਲੂ ਲੱਗਿਆ ਹੋਵੇ ਤਾਂ ਉਹ ਦੇਵੇ ਦਾ ਅਪਰੇਚੇ ਦੈਂਸਾ ਸਾਨੂੰ ਗੁਜ਼ਰਨੇ ਦਾ ਅਸੀਂ ਪਹਿਲੇ ਗੁਜ਼ਰਾਂਗੇ ਉਹ ਬਾਅਦ ਵਿੱਚ ਗੁਜ਼ਰੇ ਦਾ ਇਹ ਯਾਦ ਰੱਖਣਾ ਅਗਰ ਇਹ ਸਿਨਿਆਲੇ ਲੱਗਿਆ ਹੋਵੇ ਨਾਲ ਫਿਰ ਇਹ ਓਬਲੀਗੋ ਹੋਵੇ ਤਾਂ ਤੁਹਾਡੇ ਤੇ ਇਸ ਦੇ ਹਿਸਾਬ ਨਾਲ ਕਿ ਤੁਸੀਂ ਅਪਰੇਚੇ ਦੈਂਸਾ ਦੇਣਾ ਵੇ ਜਾਂ ਉਹਨੇ ਦੇਣਾ ਵੇ ਅਗਰ ਕਹਿ ਦੇਵੇ ਸਿਰਫ ਇਸ ਸਿਨਿਆਲੇ ਨਾਲ ਤੁਹਾਡੇ ਤੇ ਓਬਲੀਗੋ ਅਦਾਰੇ ਲਾ ਅਪਰੇਚੇ ਦੈਂਸਾ ਤੁਸੀਂ ਫਾਲਸ ਕਰੋ ਇਨ ਪ੍ਰੈਜੈਂਸਾ ਦਲ ਸਿਨਿਆਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਜਗਾ ਕਰਦਾ ਕਿ ਆਈ ਵੇਹੀ ਕੋਲੀ ਕਿ ਜਿਹੜੀਆਂ ਗੱਡੀਆਂ ਨੇ ਪ੍ਰੋਵੀਨੀਅੰਟ ਜਿਹੜੀਆਂ ਆ ਰਹੀਆਂ ਨੇ ਦਲ ਆਲਟਰੋ ਸੈਂਸੋ ਦੂਸਰੀ ਸਾਈਡ ਤੋਂ ਦੇਵ ਉਹਨੂੰ ਚਾਹੀਦਾ ਤੁਹਾਨੂੰ ਦਾਰਚੀਲਾ ਪ੍ਰੈਜੈਂਸਾ ਉੱਤੇ ਕਹਿਤਾ ਉਹਨੇ ਓਬਲੀਗੋ ਹੈ ਇੱਥੇ ਵੀ ਦੇਵ ਉਹਨੂੰ ਮਤਲਬ ਤੁਹਾਡੇ ਤੇ ਲਾਜ਼ਮੀ ਹੋ ਜਾਂਦਾ ਵੇ ਕੰਮ ਠੀਕ ਹੈ ਦੇਵ ਉਹਨੂੰ ਵੀ ਤੁਸੀਂ ਨਹੀਂ ਦੇਣਾ ਤੁਸੀਂ ਇਸ ਸਿਨਿਆਲੇ ਦੀ ਮੌਜੂਦਗੀ ਵਿੱਚ ਕੋਈ ਪ੍ਰੈਜੈਂਸਾ ਨਹੀਂ ਦੇਣਾ ਠੀਕ ਹੈ ਤੁਸੀਂ ਰਲ ਇੰਤਾਰੇ ਹੋਣਾ ਵੇ ਧਿਆਨ ਕਰਨਾ ਵੇ ਅਗਰ ਸਿਨਿਆਲੇ ਨਾਲ ਲੱਗਿਆ ਹੋਵੇ ਕਿ ਅਸੀਂ ਪ੍ਰੈਜੈਂਸਾ ਦੇਣਾ ਦੇਣਾ ਫਿਰ ਤੁਸੀਂ ਦੇਣਾ ਮੇਰਾ ਇਸ ਸਿਨਿਆਲੇ ਨਾਲ ਤੁਹਾਨੂੰ ਆ ਕੇ ਅਪਰੇਚੇ ਦੈਂਸਾ ਦੇਵੋ ਨਹੀਂ ਦੇਣਾ ਅੱਗੇ ਕਹਿੰਦੇ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੇ ਉਨ ਦਿਵੀਏ ਤੋਂ ਵੇ ਕਹਿੰਦਾ ਇੱਕ ਮਮਾਨਤ ਹੈ ਤੁਹਾਨੂੰ ਕਿਸ ਦੀ ਤਰ੍ਹਾਂ ਦੇ ਤਾਰੇ ਆਤੋ ਅਲੀ ਆਤੋ ਬਸ ਕਹਿੰਦਾ ਆਟੋ ਜਿਹੜੀ ਆਟੋ ਬਸ ਹੈ ਤੁਹਾਡੀ ਉਨ ਗੁਜ਼ਰਨੇ ਤੋਂ ਮਨਾ ਕਰਦਾ ਵੇ ਦਿਵੀਏ ਤੋਂ ਫਾਲਸੋ ਇਹ ਕੋਈ ਦਿਵੀਏ ਤੋਂ ਦਾ ਸਿਨਿਆਲੇ ਨਹੀਂ ਹੈ ਸਾਡਾ ਪੈਰੀ ਕੋਲੋਂ ਦਾ ਨਹੀਂ ਸਿਨਿਆਲੇ ਵੇ ਤੇ ਰੈਸਟ ਰੈਜੀਮੈਂਟ ਤੋਂ ਦਾ ਸਿਨਿਆਲੇ ਵੇ ਦਿਵੀਏਤੋ ਦੇ ਸਿਨਿਆਲੇ ਨੇ ਸਪੈਸ਼ਲੀ ਉਹ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਇਸ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੇ ਉਹ ਲੋਗ ਇੱਕ ਜਗ੍ਹਾ ਵੇ ਰਾਤੀ ਲੀਨੀ ਕਹਿੰਦੇ ਇੱਕ ਜਗ੍ਹਾ ਵੇ ਜਿਹੜੀ ਸਿੱਧੀ ਨਹੀਂ ਹੈ ਨਾ ਹਮਵਾਰ ਜਾਂ ਫਿਰ ਉਂਝ ਸਿੱਧੀ ਨਹੀਂ ਹੈ ਜਿੱਥੇ ਵਿਜ਼ੀਬਿਲਿਟੀ ਲਿਮਿਟਤਾ ਹੋ ਸਕਦਾ ਫਾਲਸੋ ਇਹ ਸਾਡੀ ਰਾਸਤੀ ਰਿਜੀਮੈਂਟ ਤੋਂ ਰਾਤੀ ਲੀਨੀ ਦਾ ਚੱਕਰ ਹੀ ਕੋਈ ਇਹਦੇ ਨਾਲ ਰਾਤੀ ਲੀਨੀ ਸਾਡਾ ਕਿੱਥੇ ਯੂਜ਼ ਹੋਇਆ ਸੀ ਕੁਰਵਿਆਂ ਤੇ ਯਾਦ ਰੱਖਣਾ ਉਹ ਸਾਡੇ ਨੋਨ ਰਾਤੀ ਲੀਨੀ ਹੁੰਦੇ ਨੇ ਅੱਗੇ ਕਹਿੰਦੇ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੇ ਇੰਗਰੇਸੋ ਕਹਿੰਦਾ ਇੱਕ ਇੰਟਰੀ ਹੈ ਇੰਗਰੇਸੋ ਅਗਰ ਨਹੀਂ ਲਿਖਿਆ ਤੇ ਲਿਖ ਸਕਦੇ ਹੋ ਇੰਗਰੇਸੋ ਦਾ ਮਤਲਬ ਹੁੰਦਾ ਦਾਖਲ ਹੋਣਾ ਕਹਿੰਦਾ ਇੱਕ ਇੰਗਰੇਸੋ ਹੈ ਦੀ ਉਨ ਗਲੇਰੀਆ ਗਲੇਰੀਆ ਮਤਲਬ ਹੁੰਦਾ ਹੈ ਕੋਈ ਸਰੋਂਗ ਵਗੈਰਾ ਜਿਹੜੀ ਪਹਾੜਾਂ ਦੇ ਥੱਲੋਂ ਦੀ ਬਣੀ ਹੁੰਦੀ ਹੈ ਉਸਨੂੰ ਟਿਊਨਲ ਵੀ ਆਖਦੇ ਨੇ ਤੇ ਗਲੇਰੀਆ ਵੀ ਆਖਦੇ ਨੇ ਟਿਊਨਲ ਜਾਂ ਗੈਲਰੀ ਵਗੈਰਾ ਠੀਕ ਹੈ ਕਹਿੰਦਾ ਇੱਕ ਇੰਟਰੀ ਹੈ ਗਲੇਰੀਆ ਵਿੱਚ ਦਾਖਲ ਹੋਣ ਦੀ ਫਾਲਸੋ ਇੰਟਰੀ ਨਹੀਂ ਸਾਡੀ ਰੈਸਟ ਰੈਜੀਮੈਂਟ ਤੋਂ ਅੱਗੇ ਕਹਿ ਰਹੇ ਸਿਨਿਆਲੇ ਰਾਫੀ ਗੁਰਾ ਤੋਂ ਸੁਨਿਆਲੇ ਦੀ ਪ੍ਰੈਸਕ੍ਰਿਪਸ਼ਨ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਪ੍ਰੈਸਕ੍ਰਿਪਸ਼ਨ ਦੇ ਸਿਨਿਆਲੇ ਨੇ ਇਸ ਚੈਪਟਰ ਤੋਂ ਤੁਸੀਂ ਇਹ ਸਾਰੇ ਫਾਲਸ ਕਰੋ ਜਿੰਨੇ ਵੀ ਪ੍ਰੈਸਕ੍ਰਿਪਸ਼ਨ ਦੇ ਸਵਾਲ ਆਉਣਗੇ ਅੱਛਾ ਜੀ ਅੱਗੇ ਕਹਿੰਦੇ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੇ ਉਸ ਤਰਾਦਾ ਇੱਕ ਸੜਕ ਹੈ
असेंसो उनीको, सेंसो उनीको असी पिछे पढ़ चुके हैं, जिहड़ी एक तरफा रोड होंदी है, एक साइड तो जाने वास्ते यूज होंदी है। कहिंदा है सेंसो उनीको है एक, इसकी ऐलान कर रहा वे सानू उस दे बारे दस रहा, फालसो सेंसो उनीको नहीं है, दोपिया सेंसो तो भी हो सकता वे, ते सेंसो उनीको तो भी हो सकता, लिहाजा है साडा सिनाले रेस्ट्रीजिमेंटो दा। अगर कहता इल सिनाल रफिगुरातो रे निशान थों दिखाया जा रहा है, प्रे नूं जगा करदा वे उन कुर्सियां दी अचले रासियां ने, कुर्सियां दी अचले रासियां ने भी असीं पढ़ रहे हैं, जिहड़ा अतुस्तरा दे या अक्सर उरबाने चिंटरी वास्ते इस्तेमाल हुंदा वे, तेज़ रफ्तारी वाला कुर्सी आ, ज्यादा इहदे नाल असीं इह फालसो करांगे। अच्छा जी, अगे साडा उह सिनाले आ गया वे, ब्लू सिनाले तुसीं वेखो दे ऐ जिहड़ा हुण सानूं विखाया जा रहा वे, ठीक है, इस सिनाले नाल, इस सिनाले इस दे नाल अगर लग्गिया होया, ठीक है, इस दे नाल अगर यह सिनाल लगे हो तो फिर तुसी की करना वे, तुसी गुजरना वे उन्हें सानू प्रेचेदंस देना, ये तुसी वाइट तीर वेख लेना वे, आप वाइट तीर है असा जाना, रेड तीर वो आला ज्यादा खतरे वाला, उन्हें नहीं आना, ठीक है, उन्हें रुकना वे, वो तो रेड है साढ़े तो वाइट है, असी गुजरना वे। अगर सवाल की कहना है, दो पोइल सिनाल, इस सिनाले तो बाद किरे सिनाले तो बाद ये जरा सिनाल है वे, ये कि वे एला सा वे, ठीक है, इस सिनाले तो बाद सी पुओ त्रो बारे मिल सकता थोनू, त्रो बारे होंगे मिलना, इल सिनाले बी कहते थोनू बी सिनाले मिल सकता वे, बिल्कुल सानू मिल सकता वे, लेकिन ओबलीगो नहीं कि लगे ही होगा, मिल सकता वे, ठीक है। अगर निरा इस नाल कह दे जिहड़ा रेड है साडा, इहदे नाल कह दे तुसी प्रेचेदन सदे हो या ना, तो तुसी फालसो करना, अगर ऐं दा कोई सिनाले इहदे नाल रिलेटेड इहदे लग्गिया होया फिर तुहाडे ते लागू होगा, तुसी देना वे या उस बंदे ने देना वे जिहड़ा उधरों आ रहा। अच्छा, अगे कहंदा है दो पोइल सिनाले, इस सिनाले नूं वेखने तो बाद इसका की लॉजिक है, अगर इस सिनाले यह दोनों इकट्ठे अगर यह पहले लग्या होवे जिहड़ा उत्ते वाला ए साडा सिनाले वे, यह पहले लग्या होवे उस तो बाद सानूं यह सिनाले मिल जाए बी जिहड़ा वे, इहदा मतलब होवेगा कि असी रुकना वे, यह वेख लो रैड तीर साडे वाले, असी इधरों जा रहे हैं रैड तीर साडे वाले, असी रुकना वे, उहदे वाल ब्लैक आ गया तीर, उन्हें आना वे, ठीक है, ओदे वाली साइड से अगर साडे वाल ए लग्या होवेगा तो ओदे वाली साइड से ब्लू लग्या होवेगा, अगर साडे वाली साइड से ब्लू लग्या होवेगा तो ओदे वाली साइड से रेड लग्या होवेगा। तस्वीर में एक बार फिर देख सकते हो, ठीक है, देख सकते हो असं यादरू जा रहे हैं, ठीक है, ए सिनाले साडे वाल लग्या होवे, आ गड्डी साडी आ साडे वाल लग्या होवे, ठीक है, ए रेड ओदे वाल लग्या होवे, इहदा की मतलब है कि उन्हें रुकना वे, वो रुक गया वे, पिछे देख सकते हो तुसीं, ठीक है, साडी गड्डी जा रही है, उन्हें रुकना वे, असीं जा रहे हैं, अगर ब्लू ओदे वाली साइड तो हुंदा फिर असीं रुकना सी, उन्हें पहले आना सी, याद रखना कन्फ्यूज नहीं होना इहदे विच। कहिंदा सी पू उतरवारे सानू मिल सकदा वे सिनाले भी, बिल्कुल सानू मिल सकदा वे, इहदे नाल फिर इहदा मतलब उहदा कि असीं रुकना वे, उन्हें पहले। अगे साडी स्त्रैतोई आ गई है, रुकावट या तंगी आ गई है किहड़ी साइड ते, असीमित तरीका मतलब इहदा मतलब मतलब दो है, एक साइड तो होना या फिर यकसा होना, ठीक है, ये तुसी सवाल भी लिया था, यूज नहीं होया, टाइटल थानू पढ़ने लोड ही नहीं है, तुसी सिर्फ वेखना वैसे नेक्स्ट वाली साइड ते रहा स्त्री जी मेहनत होवे, ऐसा वेख लो सिनाले थोड़ा चेंज है, एक साइड ते साडी तंगी आ रही है, दूजी साइड साडी अमवार है, सीधी है बिल्कुल, ठीक है, याद रखना। अच्छा जी, अगे कहंदा इल सिनाले राफी गुरा तो, आ जिहड़ा निशान थानू दिखाया जा रहा है, निशान थो दिखाया जा रहा है, प्रे अनुच अगा करता वे, की अगा करता वे, उन्हें स्त्रे तो या एक रुकावट है लत, वेख सकते हो लत आ गया वे, ए भी ओद्दे नाल ही लफ़ज़ लिख लो जिहड़ा तुसीं लत लिखिया, मैं तुहानूं पहलो दस्सिया वे, अगर एंड उत्ते आई आ जाए लाती आ जाए मतलब होदा ज्यादा साइडा, ठीक है, अगर लातो आ जाए तो एक साइड होगी, लाती का मतलब होंगे साइडा, लातो मीन एक साइड, साइड सिर्फ लिखो। अगे कह रहे हैं सिनाले राफी गुरातर जिहड़ा निशान थोनू दिखाया जा रहा है, प्रे अनाउंच अगाह करदा वे उन रास्त्री जी मेहनत, एक तंगी
अगर कंफ्यूज हो दे दस्तरा या सिनेस्त्रा वे तो तुसी अपना हाथ उठा के चेक कर लेना वा कि सिनेस्त्रा वे या दस्तरा वे। ठीक है अच्छा सिनेस्त्रा साडे कार्य जाता दे जेड़ा तंगी या रुकावट है, तंगी भी कह सकदा रुकावट भी कह सकदा हो, उदा सिनेले वेख सकदे हो, तो रुकावट भी हो सकदी है सिनेस्त्रा वाला वे। देखो एक साइड से साड़ी है लबोरी हो रहा है काम हो रहा है, उन्हें एक साइड से सड़क बंद करके एक साइड से तंगी करती है, लिहाजा ओदा उस साइड वाला कुर्सी या बांधे असी पहले चले जावा। ठीक है ओदे साइड वाला कुर्सी या बांधे रुके दा असी पहले गुजर, ऐ होवे दा साडा सिनेस्टर दा। एदे विच की कहंदा से दी कोलो रे जल, अगर कोल कलर दा जल होवे इंदी का उना रस्ते जे में तो एक तंगी दा एक तंगी शो करदा वे, इशारा करदा वे टेंपो टेंपोरानी आरजी तौर ते, जेड़े साडे लबोरी कोर्स वाले हुंदे ना सिनेले जल वो आरजी तौर पर लगे होंगे, जिस टाइम उतो काम खत्म हो हटा देने। ठीक है कह रहे रस्त्री जी मेहनत हो टैंपोरानी आरजी तौर पर तंगी है बिल्कुल दहला कार्य जाता सड़क के उत्ते अकाउजा दी उनकांती इस तरह दाली, एक सड़क ते कम होने की वजह तो रलन तारे आहिस्ता हो जो ओ से अकूरे, अगर हो सके चाहिए हो थानू जरूरत बन जाए तो फिर मारती रुक जो आरजी तौर पर बिल्कुल, अगर वो गड्डी पहले शुरू होगी तो रुको। अच्छा जी ਅੱਗੇ ਕਹਿ ਲਿਆ ਇਸ ਥਿਨਿਆ ਲੇ ਰਾਫੀ ਗੁਰਾਤਰ ਜਿਹੜਾ ਨਿਸ਼ਾਨ ਥਾਨ ਦਿਖਾਇਆ ਜਾ ਰਿਹਾ ਪ੍ਰੇਯ ਅਨੁਚਾ ਅਗਾਹ ਕਰਦਾ ਵੇ ਉਨ ਰਾਸਤਰੀ ਜੀ ਮੈਂ ਤੋ ਇੱਕ ਤੰਗੀ ਹੈ ਪੈਰੀਕਲੋ ਦੋ ਖਤਰਨਾਕ ਤੰਗੀ ਹੈ ਸੁਲਾ ਸਿਨੇਸਤਰਾ ਸਿਨੇਸਤਰਾ ਆਈ ਸਾਈਡ ਤੇ। ਠੀਕ ਹੈ ਸਿਨੇਸਤਰਾ ਮੀਨ ਹੁੰਦਾ ਹੈ ਖੱਬਾ ਹੱਥ ਸਾਡਾ ਲੈਫਟ। ਠੀਕ ਹੈ ਬਾਇਆ ਦਾਇਆ ਸਾਈਡ, ਮੈਨੂੰ ਉਰਦੂ ਵਿੱਚ ਭੁੱਲ ਜਾਂਦਾ ਵੇ ਦਾਇਆ ਤੇ ਬਾਇਆ, ਦਾਇਆ ਦਸਤਰਾ ਤੇ ਬਾਇਆ ਸਿਨੇਸਤਰਾ। ਕਹਿੰਦਾ ਇੱਕ ਸਾਡੀ ਰਸਤਰੀ ਜੀ ਮੈਨੂੰ ਤਾਂ ਖਤਰਨਾਕ ਸੁਲਾ ਸਿਨੇਸਤਰਾ ਸਿਨੇਸਤਰਾ ਆਈ ਸਾਈਡ ਤੇ, ਬਿਲਕੁਲ ਸਾਡੀ ਸਿਨੇਸਤਰਾ ਆਈ ਸਾਈਡ ਤੇ, ਇਹਦੇ ਵਿੱਚ ਤੁਸੀਂ ਇਹ ਵੇਖ ਕੇ ਸਿਨੇਲੇ ਸਿਨੇਸਤਰਾ ਵੇਖ ਲਓ ਬਿਨਾਂ। ਅੱਗੇ ਕਹਿ ਰਿਹਾ ਇਹ ਸਿਨੇਲੇ ਰਾਫੀ ਗੁਰਾਤਰ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੀ ਹੁਣ ਸਿਰੇ ਤੋਂ ਹੀ ਆ ਇੱਕ ਰੁਕਾਵਟ ਹੈ ਕੌਣ ਪ੍ਰੋਬਾਬਿਲ ਹੈ, ਇਹ ਸਵਾਲ ਅਸੀਂ ਪਿੱਛੇ ਵੀ ਪੜ੍ਹ ਚੁੱਕੇ ਹਾਂ ਮੁਮਕਿਨਾਂ ਵਾਲਾ ਪ੍ਰੋਬਾਬਿਲ ਹੈ, ਮੁਮਕਿਨ ਹੈ ਡਿਫੀਕਲਟਾ ਹੋ ਸਕਦਾ ਵੇ ਮੁਸ਼ਕਲ ਹੋ ਸਕਦਾ ਵੇ ਕਿ ਦੀ ਇਨਕਰੋਚੋ ਕ੍ਰਾਸ ਕਰਨਾ ਕੌਣ ਆਈ ਵੇ ਕੋਲੀ ਗੱਡੀ ਨੂੰ ਜਿਹੜੀ ਪ੍ਰੋਵੀਨੀਐਂਟ ਕਰ ਰਹੀ ਹੈ ਆ ਰਹੀ ਹੈ ਪ੍ਰੋਵੀਨੀਐਂਟ ਦਲ ਸੈਂਸ ਅਪੋਸਟ ਅਪੋਸਟ ਹੁੰਦਾ ਮੁਖਾਲਫ ਸਾਈਡ, ਇਹ ਸ਼ਾਇਦ ਤੁਸੀਂ ਨਹੀਂ ਲਿਖਿਆ ਲਿਖ ਲਓ ਇੱਕ ਅਪੋਸਟੋ ਵੇ। ਠੀਕ ਹੈ ਅਪੋਸਟੋ ਇੱਕ ਅਪੋਸਟ ਹੋਵੇ ਤੇ ਇੱਕ ਅਪੋਜ਼ਿਟ ਹੋਵੇ। ਠੀਕ ਹੈ ਅਪੋਜ਼ਿਟ ਤੋਂ ਮਤਲਬ ਹੁੰਦਾ ਸਪੈਸ਼ਲ, ਅਪੋਸਟੋ ਦਾ ਮਤਲਬ ਹੁੰਦਾ ਵੇ ਮੁਖਾਲਫ ਸਾਈਡ। ਠੀਕ ਹੈ ਇਹਨਾਂ ਵਿੱਚ ਕਨਫਿਊਜ਼ ਨਹੀਂ ਹੋਣਾ। ਕਹਿੰਦੇ ਜਿਹੜੀ ਸੈਂਸ ਅਪੋਸਟ ਆ ਰਹੀ ਮਤਲਬ ਤਰਫ ਮੁਖਾਲਫ ਸਾਈਡ ਤੋਂ ਜਿਹੜੀ ਆ ਰਹੀ ਹੈ ਉਹਦੇ ਨਾਲ ਤੁਹਾਨੂੰ ਕ੍ਰਾਸ ਕਰਨਾ ਡਿਫੀਕਲਟ ਹੋ ਸਕਦਾ ਵੀ ਮੁਸ਼ਕਲ ਹੋ ਸਕਦਾ, ਬਿਲਕੁਲ ਤੰਗੀ ਹੋਵੇ ਦੀ ਸਾਡਾ ਮੁਸ਼ਕਲ ਹੋਵੇ ਦਾ ਕ੍ਰਾਸ ਕਰਨਾ ਡਿਫੀਕਲਟ ਹੋ ਸਕਦਾ, ਡਿਫੀਕਲਟ ਵੇਖ ਕੇ ਵੇਰੋ ਕਰ ਸਕਦਾ ਇਸ ਸਿਨਿਆਲੇ ਨਾਲ, ਡਿਫੀਕਲਟ ਵੇਖ ਕੇ ਬਿਲਕੁਲ ਵੇਰੋ ਕਰ ਸਕਦੇ ਤੁਸੀਂ ਸਵਾਲ। ਅੱਗੇ ਕਹਿੰਦਾ ਇਹ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਇੰਪੋਨੇ ਨਾਫਿਜ਼ ਕਰਦਾ ਵੇ ਦੀ ਮੋਦਰ ਆ ਰਹੇ ਆਹਿਸਤਾ ਕਰ ਲਓ ਲਾ ਵੇਲੋ ਚੀਤਾ ਸਪੀਡ ਨੂੰ। ਠੀਕ ਹੈ ਬਿਲਕੁਲ ਅਸੀਂ ਆਪਣਾ ਮੋਦਰ ਆ ਰਹੇ ਸਾਡਾ ਸੈਂਪਰ ਵੇਰੋ ਹੈ ਇਹ ਯਾਦ ਰੱਖਣਾ ਵੇ, ਉਸ ਤੋਂ ਬਾਅਦ ਸਪੀਡ ਨੂੰ ਮੋਦਰ ਆ ਰਹੇ ਕਰਕੇ ਕੀ ਕਰਨਾ ਵੇ ਤੇ ਅਕੂਰੇ ਅਗਰ ਜ਼ਰੂਰਤ ਹੋਵੇ ਚਾਹੀਦਾ ਹੋਵੇ, ਅਕੂਰੇ ਮਤਲਬ ਹੁੰਦਾ ਚਾਹੀਦਾ ਕੋਈ ਕੰਮ ਚਾਹੀਦਾ ਹੋਵੇ ਚਾਹੀਏ ਜਾਂ ਲੋੜ ਪੈ ਜਾਏ, ਅਰੇਸਟਾਰ ਸੀ ਅਗਰ ਜ਼ਰੂਰਤ ਹੋ ਜਾਏ ਲੋੜ ਪੈ ਜਾਏ ਤੇ ਤੁਸੀਂ ਰੋਕ ਦਿਓ, ਬਿਲਕੁਲ ਅਗਰ ਜ਼ਰੂਰਤ ਹੋਵੇ ਤੁਸੀਂ ਰੁਕਣਾ। ਅੱਗੇ ਕਹਿੰਦੇ ਸਿਨਿਆਲੇ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਉਹ ਸਿਨਿਆਲੇ ਦੀ ਪੈਰੀ ਕੋਲ ਇੱਕ ਖਤਰੇ ਦਾ ਨਿਸ਼ਾਨ ਹੈ, ਬਿਲਕੁਲ ਸਾਡਾ ਇਹ ਖਤਰੇ ਦਾ ਨਿਸ਼ਾਨ ਹੈ ਪੂਰਾ ਚੈਪਟਰ ਹੀ ਸਾਡਾ ਪੈਰੀ ਕੋਲ ਉਹਦਾ ਹੋਵੇ। ਅੱਗੇ ਕਹਿੰਦਾ ਇਹ ਸਿਨਿਆਲੇ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਸੇ ਆ ਫੋਨ ਦੇ ਜਾਲੋ, ਇਹ ਸਵਾਲ ਅਸੀਂ ਪਿੱਛੇ ਵੀ ਪੜ ਚੁੱਕੇ ਹਾਂ ਫੋਨ ਦੇ ਜਾਲ ਹੋਵੇ ਦਾ ਤੇ ਉਹਦਾ ਕੰਮ ਮਤਲਬ ਕਿ ਉਹਦਾ ਕਾਂਤੀਰ ਇਸ ਤਰ੍ਹਾਂ ਦਾਲੀ ਹੈ ਤੇ ਲਾਰਗੇਸ ਆ ਜਿਹੜੀ ਆ ਰੁਦੂ ਚ ਹੋ ਗਈ, ਇਹ ਸਵਾਲ ਅਸੀਂ ਪਿੱਛੇ ਪੜ ਚੁੱਕੇ ਹਾਂ ਵੇਰੋ ਕਰੋਗੇ। ਅੱਗੇ ਕਹਿੰਦਾ ਇਹ ਸਿਨਿਆਲੇ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹ ਹੁਣ ਸਿਨਿਆਲੇ ਦੀ ਪ੍ਰੈਸਕ੍ਰਿਪਸ਼ਨ ਹੈ, ਫਾਲਸੋ ਪ੍ਰੈਸਕ੍ਰਿਪਸ਼ਨ ਹੈ ਤੁਸੀਂ ਇਸ ਪੂਰੇ ਚੈਪਟਰ ਚ ਫਾਲਸੋ ਕਰੋਗੇ, ਪ੍ਰੈਸਕ੍ਰਿਪਸ਼ਨ ਦਾ ਸਿਨਿਆਲੇ ਨਹੀਂ ਹੈ ਸਾਡਾ। ਇਹ ਸਿਨਿਆਲੇ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਵੇ ਪ੍ਰੇਅ ਨੂੰ ਅਗਾਹ ਕਰਦਾ ਵੇ ਉਹਨਾਂ ਕੌਨਫਲੂਐਂਸਾ ਦਾ ਸਿਨੇਸਤਰਾ, ਕੌਨਫਲੂਐਂਸਾ ਤੁਹਾਨੂੰ ਮੈਂ ਦੱਸਿਆ ਸੀ ਜਿਹੜੇ ਅਸੀਂ ਕੁਰਸੀਆਂ ਦੇ ਚੇਲੇ ਰਾਸੀ ਉਹਨੇ ਜਾਂ ਚੇਲੇ ਰਾਸੀ ਉਹਨੇ ਪੜ੍ਹਿਆ ਹੀ ਨਾ ਉਹ ਦੋਨੋਂ, ਮੈਂ ਤੁਹਾਨੂੰ ਇਹਦਾ ਇੱਕ ਸਕਰੀਨ ਸ਼ਾਟ ਵੀ ਦਿੱਤਾ, ਉਹ ਦੋਨੋਂ ਇਕੱਠੇ ਥੱਲੇ ਹੋਣ ਉੱਤੇ ਕੌਨਫਲੂਐਂਸਾ ਲਿਖਿਆ ਹੋਵੇ ਥੱਲੇ ਕੁਰਸੀਆਂ ਦੇ ਚੇਲੇ ਰਾਸੀ ਉਹਨੇ ਦੇ ਚੇਲੇ ਰਾਸੀ ਉਹਨੇ ਦੋਨੋਂ ਇਕੱਠੇ ਲਿਖ ਦੇਗੇ ਉਹਨਾਂ ਦੋਨਾਂ ਨੂੰ ਮਿਲਾ ਕੇ ਜਿਹੜਾ ਇੱਕ ਲਫ਼ਾ ਸਾਡਾ ਬਣੇਦਾ ਉਹ ਬਣੇਦਾ ਕੌਨਫਲੂਐਂਸਾ, ਕੌਨਫਲੂਐਂਸਾ ਵੇ ਕੁਰਸੀ ਅਤੇ ਚੱਲੇ ਰਾਸੀ ਉਹਨੇ ਵੀ ਆ ਸਕਦਾ ਵੇ ਵਿਚਲੇ ਰਾਸੀ ਉਹਨੇ ਵੀ ਆ ਸਕਦਾ। ਠੀਕ ਹੈ
ਮਤਲਬ ਜਿਵੇਂ ਇੱਕ ਵਾਲਿਦ ਦੇ ਦੋ ਪੁੱਤਰਾਂ ਦੇ ਨਾਂ ਆ ਸਕਦੇ ਨਾ ਉਹਦੇ ਨਾਲ ਇੰਝ ਹੀ ਇੱਕ ਇਨਫਲੂਐਂਸਰ ਹੀ ਇਹਨਾਂ ਦੇ ਵਾਲਿਦ ਸਾਹਿਬ ਨੇ ਇਹ ਕੁਰਸੀਆਂ ਦੇ ਚੇਲੇ ਰਾਸੇ ਉਹਨੇ ਦੇ ਚੇਲੇ ਰਾਸੇ ਉਹਨੇ ਤੇ ਲਿਆਦਾ ਐਡਾ ਇੰਪੋਰਟੈਂਟ ਲਫ਼ਜ਼ ਨਹੀਂ ਹੈ ਇੰਪੋਰਟੈਂਟ ਹੈ ਵੀ ਤੇ ਨਹੀਂ ਹੈ ਇਹ ਸਾਡਾ ਕੌਨਫਲੂਐਂਸਾ ਨਹੀਂ ਹੈ ਸਾਡੀ ਰਾਸਤਰੀ ਜੀ ਮਿਹਨਤ ਹੋਵੇ ਜਾਂ ਸਾਡੀ ਸਟ੍ਰੈਥ ਹੋਈ ਜਾਵੇ ਤੰਗੀ ਆ ਸਾਡੀ ਅਗਰ ਨਹੀਂ ਲਿਖਿਆ ਤੇ ਯਾਦ ਰਹਿਣਾ ਸੇਰੀਏ ਦਾ ਮਤਲਬ ਹੁੰਦਾ ਲੜੀ ਜਿੱਦਾਂ ਸਾਡੀ ਕੋਈ ਤਸਬੀਹ ਵਗੈਰਾ ਹੁੰਦੀ ਹੈ ਕੋਈ ਚੀਜ਼ ਕਸਰਤ ਦੇ ਨਾਲ ਪਾਇਆ ਜਾਣਾ ਜਾਂ ਇੱਕ ਦੋ ਤਿੰਨ ਦਫ਼ਾ ਰੈਗੂਲਰਲੀ ਇਕੱਠੀ ਚੀਜ਼ ਪਾਇਆ ਜਾਣਾ ਸੇਰੀਏ ਕਹਿੰਦਾ ਸੇਰੀਏ ਦੀ ਕੁਰਵੇ ਮਤਲਬ ਕਿ ਜ਼ਿਆਦਾ ਕੁਰਵੇ ਨੇ ਇਹ ਕੁਰਵਾ ਦੋ ਤਿੰਨ ਤਿੰਨ ਚਾਰ ਕੁਰਵੇ ਇਕੱਠੇ ਨੇ ਉਹ ਸੇਰੀਏ ਦੀ ਕੁਰਵੇ ਗਾਣੇ ਨੇ ਕਹਿੰਦਾ ਇਹ ਕੁਰਵੇ ਨੇ ਕੁਰਵੇ ਦੇ ਕਰ ਸਕਦੇ ਅੱਗੇ ਕਹਿੰਦਾ ਇਸ ਨਾਲ ਰਾਸ਼ੀ ਗੁਰੂ ਤੇਰੇ ਨਾਲ ਇਨਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਜੋ ਕਾਵਲ ਕਵਈਆ ਕਹਿੰਦਾ ਇੱਕ ਕਾਵਲ ਕਵਈਆ ਹੈ ਕਾਵਲ ਕਵਈਆ ਮਤਲਬ ਇੱਕ ਪੁੱਲ ਹੈ ਉੱਤੋਂ ਦੀ ਗੁਜ਼ਰਨੇ ਵਾਲਾ ਇੱਕ ਸੜਕ ਥੱਲੋਂ ਗੁਜ਼ਰ ਰਹੀ ਹੈ ਉੱਤੋਂ ਦੀ ਗੁਜ਼ਰ ਰਹੀ ਹੈ ਜਾਂ ਉਂਝ ਵੀ ਕਾਵਲ ਕਵਈਆ ਪੁੱਲ ਨੂੰ ਵੀ ਕਹਿ ਸਕਦੇ ਹੋ ਤੁਸੀਂ ਸੁਨਿਆਲੇ ਵੇਖ ਕੇ ਫਾਲਸੋ ਕਰ ਸਕਦੇ ਹੋ ਅੱਗੇ ਕਹਿੰਦੇ ਸੁਨਿਆਲੇ ਰਾਫੀ ਗੁਰੂ ਤੇਰੇ ਨੇ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਪ੍ਰੇਅ ਨੂੰ ਅਗਾਹ ਕਰਦਾ ਵੇ ਉਨ ਸੋ ਤੋਂ ਪਸਾਜੋ ਕਾਵਲ ਕਵਈਆ ਉੱਤੋਂ ਦੀ ਗੁਜ਼ਰਨੇ ਵਾਲੀ ਜਗ੍ਹਾ ਸੋਤੋ ਪਸਾਜੋ ਸੋਤੋ ਮੀਨ ਸੋਤੋ ਪਸਾਜੋ ਗੁਜ਼ਰਨਾ ਸੋਤੋ ਪਸਾਜੋ ਕਹਿੰਦੇ ਫਾਲਸੋ ਸੋਤੋ ਪਸਾਜੋ ਨਹੀਂ ਹੈ ਸਾਡੀ ਸੋਤੋ ਪਸਾਜੋ ਦਾ ਤੁਹਾਨੂੰ ਉਂਝ ਵੀ ਪਤਾ ਨਹੀਂ ਕਿਉਂ ਬਾਈ ਯਾਰ ਬਣਿਆ ਹੋਇਆ ਤੁਸੀਂ ਇਸ ਅੱਗੇ ਕਹਿੰਦੇ ਸਿਨਿਆਲੇ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਪ੍ਰੇਅ ਨੂੰ ਅਗਾਹ ਕਰਦਾ ਵੇ ਲਾ ਪ੍ਰੈਜ਼ੈਂਸਾ ਮੌਜੂਦਗੀ ਦੀ ਉਨ ਕੁਰਦੋਲੋ ਕੁਰਦੋਲੋ ਮਤਲਬ ਹੁੰਦਾ ਹੈ ਲਾਈਨ ਵਗੈਰਾ ਠੀਕ ਹੈ ਉਨ ਕੁਰਦੋਲੋ ਇੱਕ ਲਾਈਨ ਅਲ ਤੋਂ ਠੀਕ ਹੈ ਫਿਰ ਸੈਪਰਾਰੇ ਮਤਲਬ ਹੁੰਦਾ ਹੈ ਸੈਪਰੇਟ ਕਰਨਾ ਕੋਈ ਚੀਜ਼ ਅਲੱਦਾ ਕਰਨਾ ਸੈਪਰਾਰੇ ਸ਼ਾਇਦ ਅਸੀਂ ਪਹਿਲਾਂ ਲਿਖਿਆ ਅਗਰ ਨਹੀਂ ਲਿਖਿਆ ਤੁਹਾਨੂੰ ਯਾਦ ਹੋਣਾ ਤੇ ਲਿਖ ਲਓ ਸੈਪਰਾਰੇ ਮਤਲਬ ਅਲੱਦਾ ਕਰਨਾ ਕਹਿੰਦਾ ਇਹ ਇਹਦੀ ਮੌਜੂਦਗੀ ਵਿੱਚ ਹੋ ਸਕਦਾ ਵੇ ਹੁਣ ਕੁਰਦੋ ਲੋ ਇੱਕ ਲਾਈਨ ਜਿਹੜੀ ਅਲ ਤੋਂ ਫਿਰ ਸੈਪਰਾਰੇ ਜਿਹੜੀ ਅਲੱਦਾ ਹੋ ਰਹੀ ਹੈ ਲੈ ਕੁਰਸੀ ਮਤਲਬ ਕੋਈ ਲੈਣਾ ਨਹੀਂ ਉਹ ਆਪਸ ਵਿੱਚ ਲੈਦਾ ਹੋ ਰਹੀ ਹੈ ਤੁਸੀਂ ਕੁਰਦੋ ਲੋ ਜਾਂ ਸੈਪਰਾਰੇ ਵੇਖ ਕੇ ਫਾਲਤੂ ਕਰ ਸਕਦੇ ਹੋ ਸਿਨਿਆਂ ਦੇ ਇਹਦਾ ਸਾਡੇ ਕੋਈ ਲਾਜਿਕ ਹੀ ਨਹੀਂ ਹੈ ਸਾਡੇ ਸਵਾਲ ਨਾਲ ਅੱਗੇ ਕਹਿੰਦਾ ਸਿਨਿਆਂ ਲੈ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਵੇ ਪ੍ਰੇਅ ਨੂੰ ਅਗਾਹ ਕਰਦਾ ਵੇ ਤਰਾਤ ਦੀ ਸਰਾਤ ਦਾ ਸੜਕ ਦਾ ਇੱਕ ਟੁਕੜਾ ਵੇ ਜ਼ਰੂਰ ਚੱਲੇ ਬੋਲੇ ਜ਼ਰੂਰ ਚੱਲੇ ਬੋਲੇ ਮਤਲਬ ਫਿਸਲਣੇ ਵਾਲਾ ਦਾ ਮੀਨਿੰਗ ਆਫ ਫਿਸਲਣਾ ਠੀਕ ਹੈ ਕਹਿੰਦਾ ਇੱਕ ਸੜਕ ਦਾ ਟੁਕੜਾ ਵੇ ਜਿੱਥੇ ਫਿਸਲਣ ਹੈ ਫਾਲਸੋ ਫਿਸਲਣ ਵਗੈਰਾ ਵਾਲਾ ਕੋਈ ਚੱਕਰ ਨਹੀਂ ਜ਼ਿਆਦਾ ਸਾਡੀ ਫਿਸਲਣ ਵਗੈਰਾ ਨਹੀਂ ਹੋਵੇ ਸਾਡੀ ਰਸਤੇ ਜਿਵੇਂ ਅੱਗੇ ਸਾਡਾ ਦਸਤਰਾ ਆ ਗਿਆ ਵੇ ਪਹਿਲੇ ਅਸੀਂ ਸਿਨੇਸਤਰਾ ਪੜਿਆ ਵੇ ਹੁਣ ਸਾਡਾ ਆ ਗਿਆ ਵੇ ਦਸਤਰਾ ਦਿਖਾਇਆ ਜਾ ਰਿਹਾ ਪ੍ਰੇਅ ਨੂੰ ਅਗਾਹ ਕਰਦਾ ਵੇ ਹੁਣ ਸਤ੍ਰੇਤੋਇਆ ਇੱਕ ਤੰਗੀ ਹੈ ਕਹਿੰਦਾ ਸੁਲਾ ਦਸਤਰਾ ਬਿਲਕੁਲ ਸਾਡੀ ਦਸਤਰਾ ਸਾਈਡ ਤੇ ਤੰਗੀ ਹੈ ਸਿਨਿਆਲੇ ਨਾਲ ਤੁਸੀਂ ਬਸ ਦਸਤਰਾ ਤੇ ਸਿਨੇਸਤਰਾ ਯਾਦ ਰੱਖਣਾ ਇੱਕ ਰੁਕਾਵਟ ਹੈ ਜਾਂ ਤੰਗੀ ਆ ਸਾਡੀ ਦਸਤਰਾ ਵਾਲੀ ਸਾਈਡ ਨੂੰ ਦਸਤਰਾ ਵਾਲਾ ਵੀ ਸਿਨਿਆਲੇ ਵੇਖ ਸਕਦੇ ਹੋ ਸਾਡਾ ਦਸਤਰਾ ਦਾ ਇਹਦੇ ਵਿੱਚ ਕਾਂਤੀ ਇਹਦੀ ਸਤਰਾਦਾਲੀ ਹੋ ਰਿਹਾ ਵੇ ਠੀਕ ਹੈ ਵੇਖ ਸਕਦੇ ਹੋ ਇੱਥੇ ਉਹਨਾਂ ਜਗ੍ਹਾ ਸਾਡੀ ਇਤਨੀ ਕਲੋਜ਼ ਕੀਤੀ ਹੈ ਠੀਕ ਹੈ ਤੁਸੀਂ ਜਿੱਥੋਂ ਗੁਜ਼ਰਨਾ ਵੇ ਉਹ ਸੜਕ ਇਤਨੀ ਤੰਗ ਹੋ ਗਈ ਹੈ ਸਾਡੀ ਕਿਹਦੀ ਵਜ੍ਹਾ ਤੋਂ ਲਾਹੌਰੀ ਇਨਕੋਰ ਤੋਂ ਕਾਂਤੀ ਇਹਦੀ ਸਤਰਾਦਾਲੀ ਹੋ ਰਿਹਾ ਇਸ ਵਜ੍ਹਾ ਤੋਂ ਪੁੱਲ ਵਗੈਰਾ ਤੇ ਵੀ ਸਾਡਾ ਇੱਕ ਪੁੱਲ ਇੱਕ ਸਾਈਡ ਤੋਂ ਤੰਗ ਹੋ ਸਕਦਾ ਵੇ ਠੀਕ ਹੈ ਅਗਰ ਸੜਕ ਨਹੀਂ ਮਤਲਬ ਅੰਬਾਰ ਨਹੀਂ ਜਾਂ ਕੋਈ ਵੀ ਚੱਕਰ ਹੋ ਸਕਦਾ ਵੇ ਉਹ ਵੀ ਦਸ ਤਰ੍ਹਾਂ ਤੋਂ ਹੋ ਸਕਦਾ ਵੇ ਕੰਮ ਸਿਨੇਸ ਤਰ੍ਹਾਂ ਤੋਂ ਵੀ ਹੋ ਸਕਦਾ ਵੇ ਦੋਨਾਂ ਸਾਈਡਾਂ ਤੋਂ ਵੀ ਹੋ ਸਕਦਾ ਅੱਛਾ ਜੀ
ਇਹ ਸਿਨਿਆਲ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਵੇ ਪ੍ਰੇਰਨ ਚ ਅਗਾਹ ਕਰਦਾ ਵੇ ਉਹਨਾਂ ਤੇਰੇ ਤੋਂ ਹੀ ਇੱਕ ਰੁਕਾਵਟ ਹੈ ਠੀਕ ਹੈ ਰੁਕਾਵਟ ਹੈ ਤੇ ਕਾਉਜ਼ਾਤਾ ਵਜ੍ਹਾ ਬਣ ਸਕਦੀ ਕਾਉਜ਼ਾਰੇ ਅਸੀਂ ਲਫ਼ਜ਼ ਲਿਖਿਆ ਕਾਉਜ਼ਾਰੇ ਮਤਲਬ ਵਜ੍ਹਾ ਬਣ ਸਕਦੀ ਹੈ ਤੂੰ ਦਾ ਉਨ ਉਸ ਤੱਕ ਇਹਦਾ ਮਤਲਬ ਇਹ ਰੁਕਾਵਟ ਹੈ ਰੁਕਾਵਟ ਦੀ ਵਜ੍ਹਾ ਤੂੰ ਕੀ ਹੋ ਸਕਦਾ ਵੇ ਇੱਕ ਰੁਕਾਵਟ ਫਿਸ ਹੋ ਸਕਦੀ ਠੀਕ ਹੈ ਤੇਰੇ ਤੋਂ ਹੀ ਮੇਨ ਵੀ ਰੁਕਾਵਟ ਉਸ ਤੱਕ ਦਾ ਮਤਲਬ ਇਹ ਹੁੰਦਾ ਰੁਕਾਵਟ ਅਗਰ ਨਹੀਂ ਲਿਖਿਆ ਪਹਿਲੇ ਤਾਂ ਤੁਸੀਂ ਲਿਖ ਸਕਦੇ ਹੋ ਉਸ ਤੱਕ ਕਾਫੀ ਯੂਜ਼ ਹੁੰਦਾ ਸਾਡਾ ਇਹ ਲਫ਼ਜ਼ ਕਹਿੰਦਾ ਇੱਕ ਫਿਕਸ ਉਸ ਤੱਕ ਫਿਸੋ ਮਤਲਬ ਫਿਕਸਡ ਹੈ ਪੱਕੀ ਹੈ ਜਿੱਦਾਂ ਅਸੀਂ ਇਹ ਫੁੱਲ ਵਾਲੀ ਵੇਖੀਏ ਇਹ ਸਾਡੀ ਫਿਕਸ ਹੈ ਇਹ ਹੁਣ ਸਾਡੀ ਜਿਹੜੀ ਹੈ ਟੈਂਪੋਰਰੀ ਨਹੀਂ ਹੈ ਸਾਡੀ ਫਿਕਸ ਹੈ ਲਿਹਾਜ਼ਾ ਇਹ ਇੱਥੇ ਹੀ ਰਹੇ ਜੀ ਕਹਿੰਦਾ ਇੱਕ ਸਾਡੀ ਫਿਕਸ ਜਿਹੜਾ ਉਹ ਹੋ ਸਕਦੀ ਹੈ ਕਾਉਜ਼ਾਤਾ ਠੀਕ ਹੈ ਇੱਕ ਤੰਗੀ ਹੋ ਸਕਦੀ ਹੈ ਸਾਡੀ ਕਿਹਦੀ ਵਜ੍ਹਾ ਤੋਂ ਉਸ ਦਾ ਕੂਲ ਫਿਸੋ ਦੀ ਵਜ੍ਹਾ ਤੋਂ ਸੋਲਾ ਲੱਤ ਦਸਤਰ ਦਸਤਰ ਤੁਸੀਂ ਇਸ ਸਿਨਿਆਲੇ ਨਾਲ ਲਾਜ਼ਮੀ ਦੇਖਣਾ ਅੱਛਾ ਜੀ ਅੱਗੇ ਕਹਿੰਦਾ ਇਹ ਸਿਨਿਆਲ ਰਾਫੀ ਗੁਰਾ ਤੋਂ ਇਹ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਵੇ ਪ੍ਰੇਰ ਨੂੰ ਚੰਗਾ ਕਰ ਰਹੇ ਹੋ ਦਸਤਰੀ ਜੀ ਮੈਨੂੰ ਇੱਕ ਤੰਗੀ ਹੈ ਪੈਰੀ ਕੋਲ ਉਦੋਂ ਖਤਰਨਾਕ ਸੁਲਾ ਦਸਤਰਾ ਦਲਾ ਕਰ ਜਾਤਾ ਸੜਕ ਦੇ ਦਸਤਰ ਵਾਲੀ ਸਾਈਡ ਤੇ ਬਿਲਕੁਲ ਤੁਸੀਂ ਦਸਤਰਾ ਵੇਖੋ ਤੇ ਦਸਤਰੀ ਜੀ ਮੈਨੂੰ ਵੇਖ ਕੇ ਵੇਰੋ ਕਰ ਸਕਦੇ ਅੱਗੇ ਕਹਿੰਦਾ ਇਹ ਸਿਨਿਆਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਰ ਨੂੰ ਚੰਗਾ ਕਰਦਾ ਵੇ ਇਲ ਦਸਤਰੀ ਜੀ ਮੈਨੂੰ ਦਲਾ ਕਰ ਜਾਤਾ ਸੜਕ ਦੇ ਉੱਤੇ ਇੱਕ ਤੰਗੀ ਹੈ ਕਾਉਜ਼ਾਤਾ ਕਾਉਜ਼ਾਤਾ ਕਾਉਜ਼ਾਰੇ ਮਤਲਬ ਵਜ੍ਹਾ ਦਾ ਉਨ ਮੁਰੇਤੀ ਮੁਰੇਤੀ ਲਫ਼ਜ਼ ਲਿਖ ਲਓ ਦੇ ਮੁਰੇਤੀ ਮਤਲਬ ਹੁੰਦਾ ਦੀਵਾਰਾਂ ਜਾਂ ਦੀਵਾਰ ਆਈ ਆ ਗਿਆ ਵੇ ਤੇ ਜ਼ਿਆਦਾ ਹੋਣ ਦੀਆਂ ਕਹਿੰਦਾ ਇੱਕ ਕਾਰੇ ਜਾਤਾ ਉੱਤੇ ਸਾਡੀ ਤੰਗੀ ਹੈ ਠੀਕ ਹੈ ਕਿਹਦੀ ਵਜ੍ਹਾ ਤੋਂ ਕਾਉਜ਼ਾ ਤੋਂ ਕਿਹੜੀ ਵਜ੍ਹਾ ਤੋਂ ਮੁਰੇਤੀ ਦੀਵਾਰਾਂ ਦੀ ਵਜ੍ਹਾ ਤੋਂ ਉਹ ਆਲ ਤੋਂ ਜਾਂ ਫਿਰ ਦੂਸਰੀ ਕੋਈ ਵਜ੍ਹਾ ਹੋ ਸਕਦੀ ਹੈ ਉਸਦਾ ਕੋਲੋ ਸੁਲਾ ਲਾਤਾ ਦਸਤਰਾ ਠੀਕ ਹੈ ਤੁਸੀਂ ਲਾਤੋ ਦਸਤਰਾ ਰਸਤਰੀ ਜੀ ਮੈਨੂੰ ਵੇਖ ਕੇ ਵੇਰੋ ਕਰ ਸਕਦੇ ਹੋ ਮੁਰੇਤੀ ਮਤਲਬ ਦੀਵਾਰ ਬਣੀ ਆ ਸਾਡੇ ਆਸੇ ਤਸਵੀਰ ਵਿੱਚ ਵੇਖਿਓ ਕੰਨ ਤੇਰੀ ਸਰਾਧਾ ਲਈ ਹੋ ਰਿਹਾ ਵੇ ਜਾਂ ਦੀਵਾਰ ਉਹਨਾਂ ਫੜਾਤੀ ਹੈ ਜਾਂ ਕੁਝ ਵੀ ਹੋ ਸਕਦਾ ਠੀਕ ਹੈ ਤੁਸੀਂ ਬਸ ਨਾਰਮਲੀ ਯਾਦ ਰੱਖਣਾ ਵੇ ਕਿ ਸਾਡੀ ਰਸਤਰੀ ਜੀ ਮੈਨੂੰ ਵੇਖ ਕਿਹੜੀ ਸਾਈਡ ਦਸਤਰਾ ਸੀ ਜਿਹੜੀ ਦੋਪੀਓ ਸੈਂਸੋ ਚਿਰ ਕੋਲ ਅਸੀਂ ਉਹਨੇ ਹੁੰਦੀ ਹੈ ਜਿਹੜੀ ਦੋ ਤਰਫਾ ਰੋਡ ਹੁੰਦੀ ਹੈ ਬਿਲਕੁਲ ਦੋਪੀਓ ਸੈਂਸੋ ਤੇ ਵੀ ਹੋ ਸਕਦਾ ਵੇ ਅਸੀਂ ਪਿੱਛੇ ਸਿਨਿਆਲੇ ਵੇਖੇ ਨੂੰ ਸਾਡੇ ਦੋਪੀਓ ਸੈਂਸੋ ਤੇ ਆਉਣ ਜਿਹੜਾ ਸਾਡਾ ਵੇਖ ਸਕਦੇ ਹੋ ਇਹ ਸੀਨੇਸਰ ਵਾਲੀ ਸਾਈਡ ਤੇ ਦੋਪੀਓ ਸੈਂਸ ਹੋਵੇ ਲਿਹਾਜ਼ਾ ਦਸਤਰਾ ਵਾਲੀ ਸਾਈਡ ਤੇ ਵੀ ਹੋ ਸਕਦਾ ਵੇ ਕਹਿੰਦਾ ਦੋਪੀਓ ਸੈਂਸ ਤੇ ਮਿਲ ਸਕਦਾ ਵੇ ਵੇਰੋ ਕਰੋ ਦੇ ਅੱਗੇ ਕਹਿੰਦਾ ਸਿਨਿਆਲ ਰਾਫੀ ਗੁਰਾ ਤੇ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਵੇ ਸਫੋਂ ਦੇ ਜਲ ਕਹਿੰਦਾ ਅਗਰ ਇਹਦਾ ਬੈਕਗਰਾਉਂਡ ਜਲ ਹੋਵੇ ਤੇ ਕਾਂਤੀਰ ਇਸ ਤਰ੍ਹਾਂ ਦਾ ਨਹੀਂ ਹੋਵੇ ਦਾ ਬਿਲਕੁਲ ਇਸ ਸਵਾਲ ਪਿੱਛੇ ਪੜ ਚੁੱਕੇ ਹਾਂ ਤਿੰਨ ਵਾਰੀ ਰਿਪੀਟ ਹੋਏ ਨੇ ਤਿੰਨ ਸਵਾਲ ਸਾਡੇ ਛੇ ਸਵਾਲ ਤਿੰਨਾਂ ਟੋਪਿਕਾਂ ਨਾਲ ਜਿਹੜਾ ਨੀ ਉਹ ਤਿੰਨੋਂ ਟੋਪਿਕ ਅਸੀਂ ਜਿਹੜੇ ਪੜ੍ਹੇ ਨੇ ਦੋਵੇਂ ਲਾਤੀ ਸਿਨੇਸਤਰਾ ਦਸਤਰਾ ਉਹਨਾਂ ਵਿੱਚ ਸਾਡੇ ਛੇ ਸਵਾਲ ਜਿਹੜੇ ਨੇ ਉਹ ਇੱਕੋ ਜਿਹਾ ਨੇ ਯਕਸਾਂ ਨੇ ਇੱਕ ਉਨ ਰਸਤਰੇ ਜੀ ਮਿਹਨਤੋਂ ਇਸ ਤਰ੍ਹਾਂ ਦਾ ਤੇ ਠੀਕ ਹੈ ਇੱਕ ਕਿਹੜੇ ਸੇਫ ਹੋਣ ਤੋਂ ਜਲ ਅਗਰ ਬੈਕਗਰਾਉਂਡ ਜਲ ਹੋਵੇ ਇਹ ਛੇ ਸਵਾਲ ਤੁਹਾਡੇ ਜਿਹੜੇ ਨੇ ਤਿੰਨਾਂ ਦੇ ਤਿੰਨੋਂ ਜਿਹੜੇ ਟੋਪਿਕ ਨੇ ਉਹਨਾਂ ਦੇ ਰਿਪੀਟ ਹੋਏ ਨੇ ਯਾਦ ਰੱਖ ਅੱਗੇ ਕਹਿੰਦਾ ਇਲ ਸਿਨਿਆਲ ਰਾਫੀ ਗੁਰਾ ਤੋਂ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਇੰਦਿਕਾ ਲਾ ਫੀਨੇ ਦਲ ਦੋਪੀਓ ਸੈਂਸੋ ਕਹਿੰਦਾ ਦੋਪੀਓ ਸੈਂਸੋ ਤੁਹਾਡੀ ਖਤਮ ਹੋ ਗਈ ਫੀਨੇ ਮਤਲਬ ਖਤਮ ਹੋਣਾ ਫਿਨੀਰ ਕਹਿੰਦਾ ਫੀਨੇ ਹੋ ਗਈ ਤੁਹਾਡੀ ਦੋਪੀਓ ਸੈਂਸੋ ਫਾਲਸੋ ਦੋਪੀਓ ਸੈਂਸੋ ਨਹੀਂ ਸਾਡੀ ਖਤਮ ਹੋਈ ਸਾਡੀ ਰਸਤੇ ਜਿਵੇਂ ਅੱਗੇ ਕਹਿੰਦਾ ਸਿਨਿਆਲ ਰਾਫੀ ਫਿਗੁਰਾ ਤੇਰਾ ਨਿਸ਼ਾਨ ਤੁਹਾਨੂੰ ਦਿਖਾਇਆ ਗਿਆ ਆਤੋਰੀਜ਼ਾ ਆਤੋਰੀਜ਼ਾ ਤੋਂ ਜਾਂ ਆਤੋਰੀਜ਼ਾ ਰੇ ਇਹ ਲਫ਼ਜ਼ ਅਸੀਂ ਲਿਖ ਚੁੱਕੇ ਹਾਂ ਪਹਿਲੇ ਆਤੋਰੀਜ਼ਾ ਮਤਲਬ ਇਜਾਜ਼ਤ ਇਜਾਜ਼ਤਨਾਮਾ ਕਹਿੰਦਾ ਤੁਹਾਡੇ ਕੋਈ ਇਜਾਜ਼ਤ ਸਿਨਿਆਲ ਹੈ ਜਿਹੜਾ ਦਿਖਾਇਆ ਗਿਆ ਇਹ ਤੁਹਾਡੇ ਕੋਈ ਇਜਾਜ਼ਤਨਾਮਾ ਮੈਂ ਕਿਸ ਦਾ ਲਾ ਮਾਰਚਾ ਫਿਰ ਫਿਲੇ ਪਾਰਾ ਲੜੇ ਕਹਿੰਦਾ ਦੋ ਗੱਡੀਆਂ ਤੁਸੀਂ ਇਕੱਠੀਆਂ ਰਲ ਕੇ ਚੱਲ ਸਕਦੇ ਹੋ ਇੱਕ ਗੱਡੀ ਜਾ ਰਹੀ ਹੈ ਠੀਕ ਹੈ ਦੂਜੀ ਗੱਡੀ ਨਾਲ ਲਾਓ ਸ਼ੀਸ਼ਾ ਥੱਲੇ ਕਰੋ ਗੱਪਾਂ ਲਾਉਂਦੇ ਜਾਓ ਫਾਲਸੋ ਇੰਜ ਨਹੀਂ ਇਸ ਕਰ ਸਕਦੇ ਫਿਲੇ ਪਾਰਾ ਲੈ ਲੈ ਫਿਲੇ ਪਾਰਾ ਲੈ ਲੈ ਚੱਲਣ ਦੀਆਂ ਕੋਈ ਸ਼ਰਤਾਂ ਨਹੀਂ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਠੀਕ ਹੈ ਇੱਥੇ ਸਾਨੂੰ ਕੋਈ ਅਜੇ ਤੱਕ ਇਜਾਜ਼ਤ ਨਹੀਂ ਹੈ ਫਿਲੇ ਪਾਰਾ ਲੈ ਲੈ ਚੱਲਣ ਦੀ
ਅਗੇ ਕਹਿੰਦਾ ਇਸ ਨਿਆਲ ਰਾਫੀ ਗੁਰਾਤਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਇੰਦੀ ਕਾ ਇਸ਼ਾਰਾ ਕਰਦਾ ਵੇ ਦੀ ਡਿਸਪੋਰਸੀ ਡਿਸਪੋਰਸੀ ਲਿਖ ਲਓ ਦੇ ਲਫ਼ਜ਼ ਡਿਸਪੋਰਸੀ ਮਤਲਬ ਕੋਈ ਚੀਜ਼ ਬੰਦੋਬਸਤ ਇਹਤਮਾਮ ਕਰਨਾ ਬੰਦੋਬਸਤ ਕਰਨਾ ਤੁਸੀਂ ਲਿਖੋ ਦੇ ਅੱਗੇ ਵੀ ਯੂਜ਼ ਹੁੰਦਾ ਸਾਡਾ ਲਫ਼ਜ਼ ਇਸ ਵਾਸਤੇ ਡਿਸਪੋਰਸੀ ਮਤਲਬ ਕੋਈ ਚੀਜ਼ ਦਾ ਇਹਤਮਾਮ ਕਰਨਾ ਜਾਂ ਬੰਦੋਬਸਤ ਕਰਨਾ ਕਹਿੰਦਾ ਇਹ ਇਸ਼ਾਰਾ ਕਰਦਾ ਵੇ ਕਿਸ ਦਾ ਡਿਸਪੋਰਸੀ ਬੰਦੋਬਸਤ ਹੈ ਸੁਧੂ ਵੇ ਫਿਲੇ ਕਹਿੰਦਾ ਦੋ ਲਾਈਨਾਂ ਦਾ ਬੰਦੋਬਸਤ ਹੋਇਆ ਕੋਈ ਲੋਜਿਕ ਨਹੀਂ ਸਾਡਾ ਦੋ ਲੈਣਾ ਦਾ ਬੰਦਾ ਬੰਦੋਬਸਤ ਕਿਹੜਾ ਹੈ ਸਾਡਾ ਕਰਨਾ ਨੇ ਅੱਛਾ ਜੀ ਡਿਸਪੋਰਸ ਜਾਂ ਫਿਰ ਫੀਲ ਹੈ ਦੂਵੇ ਫੀਲ ਹੈ ਵੇਖ ਫਾਲਤੂ ਕਰ ਸਕਦੇ ਅੱਗੇ ਕਹਿੰਦਾ ਇਹ ਸਿਗਨਲ ਹੈ ਰਾਫੀ ਗੁਰਾ ਤੇ ਰੇ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਨ ਉਂਚ ਅਗਾ ਕਰਦਾ ਵੇ ਹੁਣ ਕੌਣ ਫਲੂਐਂਸ ਆਵੇ ਫਾਲਸੂ ਸਵਾਲ ਅਸੀਂ ਪਿੱਛੇ ਪੜ ਚੁੱਕੇ ਹਾਂ ਲਿਆਦਾ ਫਿਰ ਰਿਪੀਟ ਹੋਇਆ ਫਾਲਸੂ ਕਰਨ ਕੌਣ ਫਲੂਐਂਸ ਨਹੀਂ ਹੈ ਸਾਡੀ ਅੱਗੇ ਕਹਿੰਦਾ ਇਹ ਸਿਗਨਲ ਹੈ ਰਾਫੀ ਗੁਰਾ ਤੇ ਰੇ ਨਿਸ਼ਾਨ ਤੁਹਾਨੂੰ ਦਿਖਾਇਆ ਜਾ ਰਿਹਾ ਪ੍ਰੇਨ ਉਂਚ ਅਗਾ ਕਰਦਾ ਵੇ ਇਨੀਸੀਓ ਦੀ ਹੁਣ ਸੈਂਸ ਓਨੀਕੋ ਕਹਿੰਦਾ ਸੈਂਸ ਓਨੀਕੋ ਸ਼ੁਰੂ ਹੋ ਗਈ ਹੈ ਤੁਹਾਡੀ ਫਾਲਸੂ ਸੈਂਸ ਓਨੀਕੋ ਦਾ ਸਿਗਨਲ ਨਹੀਂ ਹੈ ਬਹੁਤ ਈਜ਼ੀ ਟਾਪਿਕ ਹੈ ਕੋਈ ਮੁਸ਼ਕਲ ਨਹੀਂ ਹੈ ਠੀਕ ਹੈ ਥੋੜਾ ਧਿਆਨ ਦੇਣਾ ਜੇ ਤੇ ਯਾਦ ਹੋ ਜਾਏ ਬੜਾ ਆਈ ਦੇ ਪੰਜ ਛੇ ਪੇਜ ਹੋ ਗਿਆ ਬਾਕੀ ਇਨਸ਼ਾਅੱਲਾ ਕੱਲ ਕਰਾਂ ਇਹਦੇ ਵਿੱਚ ਇੱਕ ਵਾਰੀ ਮੈਂ ਤੁਹਾਡੀ ਹਾਈਡਿੰਗ ਲਾ ਦਿੰਦਾ ਵਾਂ ਫਿਰ ਠੀਕ ਹੈ ਰਸਤ ਰੈਜੀਮੈਂਟ ਤੋਂ ਸਾਡੀ ਕਰ ਜਾਤਾ ਤੇ ਡਿਫੀਕਲਤਾ ਹੋ ਸਕਦਾ ਇਨਕਰੋਚ ਕਰਨਾ ਬਿਲਕੁਲ ਅਸੀਂ ਤਿੰਨਾਂ ਸਵਾਲਾਂ ਤਿੰਨਾਂ ਟੋਪਿਕ ਦੇ ਨਾਲ ਫਾਲਸੂ ਕਰਾਂ ਵੇਰੋ ਕਰਾਂਗੇ ਉਸ ਤੋਂ ਬਾਅਦ ਇਹਦੇ ਸਾਡੇ ਦੋਵੇਂ ਲਾਤੀ ਰਸਤ ਰੈਜੀਮੈਂਟ ਹੋਵੇ ਉੱਤੇ ਪਹਿਲੇ ਵਾਲਾ ਤੇ ਤੀਸਰਾ ਸਵਾਲ ਦੋਨੋਂ ਸੇਮ ਸੇਮ ਹੀ ਹੈ ਪੈਰੀਕੋਲੋ ਦੇ ਸਿਨਿਆਲੇ ਨੇ ਉਸ ਤੋਂ ਬਾਅਦ ਫੋਨ ਤੋਂ ਜਲ ਹੋਵੇਗਾ ਤੇ ਕਾਂਤੀ ਇਸ ਤਰ੍ਹਾਂ ਦਾ ਲਈ ਹੋ ਰਵੇਗਾ ਮੋਦੇਰਾ ਰੇ ਸਾਡਾ ਸੈਂਪਰੇ ਵੇਰੋ ਹੈ ਵੈਸੇ ਹੀ ਠੀਕ ਹੈ ਉਸ ਤੋਂ ਬਾਅਦ ਕਿਹੜਾ ਸਾਡਾ ਸਵਾਲ ਵੇਰੋ ਹੋਵੇਗਾ ਦੇਖ ਲੈਂਦੇ ਹਾਂ ਮੋਦੇਰਾ ਰੇ ਕਰਨੀ ਬਸ ਇਹੀ ਸਾਡੇ ਸਵਾਲ ਵੇਰੋ ਇਹ ਤੁਸੀਂ ਇੱਕ ਦੋ ਤਿੰਨ ਚਾਰ ਪੰਜ ਛੇ ਇਹ ਛੇ ਸਵਾਲ ਰਿਪੀਟ ਕਰ ਲਓ ਅਗਲੇ ਟੋਪਿਕ ਤੁਹਾਡੇ ਉਂਝ ਦੋ ਹੋ ਜਾਣ ਠੀਕ ਹੈ ਬਿਲਕੁਲ ਈਜ਼ੀ ਹੈ ਕੋਈ ਡਿਫੀਕਲਟ ਨਹੀਂ ਹੈ ਕੋਈ ਭਾਨਾ ਸ਼ਾਨਾ ਨਹੀਂ ਲਾਣਾ